ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਮਾਰੂ ਮਹੱਲਾ ਤੀਜਾ। ਜਵਾਨ ਆਜ਼ਾਦੀ ਹਵਾ ਜੀ। ਮੇਰਾ ਪ੍ਰਭ ਸਾਚੈ ਇੱਕ ਖੇਲ ਰਚਾਇਆ। ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਗ 1045 ਦੇ ਉੱਪਰ ਮਾਰੂ ਰਾਗ ਦੇ ਵਿੱਚ ਸਹਿਜ ਪਾਠ ਸੰਸਥਾ ਆਰੰਭ ਹੋ ਰਹੀ ਹੈ। ਮਾਰੂ ਮਹੱਲਾ ਤੀਜਾ। ਮੇਰਾ ਪ੍ਰਭ ਸਾਚੈ ਇੱਕ ਖੇਲ ਰਚਾਇਆ। ਗੁਰੂ ਅਮਰਦਾਸ ਮਹਾਰਾਜ ਦੇ 16-16 ਪੌੜੀਆਂ ਵਾਲੇ ਸ਼ਬਦ ਮਾਰੂ ਸੋਲਹੇ ਦੇ ਅੰਦਰ ਚੱਲ ਰਹੇ ਨੇ। ਧੰਨ ਗੁਰੂ ਅਮਰਦਾਸ ਮਹਾਰਾਜ ਤੀਸਰੇ ਪਾਤਸ਼ਾਹ ਕਹਿੰਦੇ ਵੀ ਮੇਰਾ ਪ੍ਰਭ ਸਾਚਾ ਹੈ, ਵੀ ਮੇਰੇ ਸੱਚੇ ਸਦਾ ਰਹਿਣ ਵਾਲੇ ਪ੍ਰਭੂ ਮਾਲਕ ਨੇ ਇੱਕ ਖੇਲ ਰਚਾਇਆ। ਇਹ ਜੋ ਜਗਤ ਸੰਸਾਰ ਹੈ ਨਾ, ਇੱਕ ਖੇਲ ਤਮਾਸ਼ਾ ਰਚਾਉਣਾ ਕੀਤਾ ਹੈ, ਇੱਕ ਖੇਡ ਬਣਾਈ ਹੈ ਪਾਤਸ਼ਾਹ ਨੇ। ਕੋਈ ਨਾ ਕਿਸੇ ਜਿਹਾ ਉਪਾਇਆ। ਇਸ ਜਗਤ ਦੀ ਖੇਡ ਤਮਾਸ਼ੇ ਦੇ ਵਿੱਚ ਕੋਈ ਨਾ, ਕੋਈ ਵੀ ਕਹਿੰਦੇ ਜੀਵ ਜਿਹੜਾ ਹੈ ਨਾ, ਕਿਸ ਹੀ ਜਿਹਾ ਉਪਾਇਆ, ਕਹਿੰਦੇ ਕਿਸੇ ਵਰਗਾ ਨਹੀਂ ਮਹਾਰਾਜ ਨੇ, ਕੋਈ ਨਾ ਕਿਸ ਹੀ ਜਿਹਾ ਉਪਾਇਆ, ਕੋਈ ਇਹੋ ਜਿਹਾ ਜੀਵ ਨਹੀਂ ਹੈ, ਇੱਕ ਜੀਵ ਜਿਹੜਾ ਦੂਸਰੇ ਜੀਵ ਵਰਗਾ ਪਰਮੇਸ਼ਰ ਨੇ ਪੈਦਾ ਕੀਤਾ ਹੋਵੇ। ਹਰ ਇੱਕ ਦੀ ਰਫਤਾਰ, ਦਸਤਾਰ, ਗੁਫਤਾਰ ਵੱਖਰੀ ਹੋਈ ਹੈ। ਜਿਵੇਂ ਇੱਕ ਵਾਰ ਕਿਸੇ ਨੇ ਸ਼ੰਕਾ ਵੀ ਕੀਤਾ ਸੀ ਵੀ ਕਈ ਜੁੜਵੇਂ ਭਰਾ ਵੀ ਹੁੰਦੇ ਨੇ, ਭੈਣਾਂ ਵੀ ਹੁੰਦੀਆਂ, ਅਤੇ ਉਹ ਸਾਖੀ ਤਾਂ ਲੰਮੀ, ਉਹ ਮਹਾਂਪੁਰਖਾਂ ਨੇ ਨਿਰਣਾ ਕਰਕੇ ਵਿਖਾਇਆ ਵੀ ਮਾਂਦਰਾ ਰਲ ਜਾਂਦਾ ਹੈ, ਹਰ ਇੱਕ ਦੀ ਆਦਤ ਨਹੀਂ ਰਲਦੀ। ਸਰੀਰ ਦੇ ਜਿਹੜੇ ਚਿਹਨ ਹਨ, ਅੰਗੂਠੇ ਦੇ ਨਿਸ਼ਾਨ, ਇਹ ਨਹੀਂ ਰਲਦੇ। ਕੋਈ ਰਜੋਗੁਣੀ ਸੁਭਾਅ ਦਾ ਹੁੰਦਾ, ਭਾਵੇਂ ਸਰੀਰ ਕਰਕੇ ਵੇਖਣ ਇੱਕੋ ਜਿਹੇ ਜਾਪਣ ਵੀ ਇਹ ਜੁੜਵੇਂ ਨੇ, ਪਰ ਦੂਸਰਾ ਭਰਾ ਸਤੋਗੁਣੀ ਹੁੰਦਾ ਹੈ। ਇਸ ਤਰ੍ਹਾਂ ਗੁਣਾਂ ਦਾ ਫਰਕ ਹੈ, ਸੁਭਾਵ ਦਾ ਫਰਕ ਹੈ, ਅਤੇ ਕੋਈ ਨਾ ਕੋਈ ਮਾਲਕ ਨੇ ਜਿਹੜਾ ਹੈ ਨਾ ਚੱਕਰ ਚਿੰਨ ਇਹਦੇ ਵਿੱਚ ਫਰਕ ਰੱਖਿਆ ਹੈ। ਇਸ ਕਰਕੇ ਕੋਈ ਵੀ, ਗੁਰੂ ਅਮਰਦਾਸ ਸਾਹਿਬ ਕਹਿੰਦੇ ਇੱਕ ਜੀਵ ਦੂਸਰੇ ਜੀਵ ਵਰਗਾ ਨਹੀਂ ਪਰਮੇਸ਼ਰ ਨੇ ਪੈਦਾ ਕੀਤਾ। ਆਪੇ ਫਰਕ ਕਰੇ ਵੇਖ ਬਿਕਸੈ। ਪ੍ਰਭੂ ਆਪ ਹੀ ਸਾਰੇ ਜੀਵਾਂ ਦੇ ਵਿੱਚ ਫਰਕ ਕਰਕੇ, ਥੋੜ੍ਹਾ ਫਰਕ ਰੱਖ ਕੇ ਸਾਰਿਆਂ ਦੇ ਵਿੱਚ ਫਿਰ ਵੇਖਦਾ ਹੈ, ਅਤੇ ਵੇਖ ਕੇ ਬਹੁਤ ਹੀ ਪ੍ਰਸੰਨ ਹੁੰਦਾ, ਵਿਗਸੈ ਪ੍ਰਸੰਨਤਾ ਦੇ ਸਹਿਤ ਹੁੰਦਾ ਹੈ। ਸਭ ਰਸ ਦੇਹੀ ਮਹਾ। ਫਿਰ ਉਸਨੇ ਸਾਰੇ ਜਿਹੜੇ ਰਸ ਨੇ ਨਾ, ਸਾਜ ਸੰਗਤ ਜੋਤ ਮਾਇਆ ਆਦਿਕ, ਇਹ ਸਾਰੇ ਹੀ ਰਸ ਦੇਹੀ ਕਾਇਆਂ ਦੇ ਮਹਾ ਵਿੱਚ ਹੀ ਰੱਖੇ ਹੋਏ ਹਨ ਮਾਲਕ ਨੇ। ਵਾਜੈ ਪੌਣ ਤੈ ਆਪ ਵਜਾਏ। ਵਾਜੈ ਪੌਣ ਤੈ ਆਪ ਵਜਾਏ, ਪਰਮੇਸ਼ਰ ਦੇ ਸਨਮੁਖ ਹੈ ਵੀ ਹੇ ਮਹਾਰਾਜ, ਹੇ ਵਾਹਿਗੁਰੂ, ਸਾਰਿਆਂ ਜੀਵਾਂ ਦੇ ਅੰਦਰ ਸਵਾਸਾਂ ਰੂਪੀ ਜਿਹੜੀ ਪੌਣ ਹੈ ਨਾ, ਹਵਾ, ਜਿਹੜੇ ਸਵਾਸ ਨੇ ਇਹ ਵਾਜੇ, ਇਹ ਹਵਾ ਵੱਜ ਰਹੀ ਹੈ, ਭਾਵ ਸਵਾਸ ਚੱਲ ਰਹੇ ਨੇ, ਤੈ ਆਪ ਵਜਾਏ ਦੇ ਮਹਾਰਾਜ, ਤੂੰ ਆਪ ਹੀ ਵਜਾਉਣਾ ਕੀਤੀ ਹੈ ਹਵਾ, ਤੇਰੇ ਹੁਕਮ ਨਾਲ ਹੀ ਸਵਾਸ ਚੱਲਦੇ ਹਨ। ਸਿਵ ਸ਼ਕਤੀ ਦੇਹੀ ਮਹਿ ਪਾਏ। ਤੇ ਇਸ ਦੇਹੀ ਦੇ ਅੰਦਰ ਹੀ, ਸਰੀਰ ਦੇ ਵਿੱਚ ਹੀ ਮਹਾਰਾਜ ਸਿਵ ਸ਼ਕਤੀ, ਸਿਵ ਆਪਣਾ ਤੁਸੀਂ ਕਲਿਆਣ ਸਰੂਪ ਜਾਂ ਸਿਵ ਜੀਵ ਆਤਮਾ ਦੇ ਸ਼ਕਤੀ ਮਾਇਆ,
ਇਹਨੂੰ ਵੀ ਇਸ ਸਰੀਰ ਦੇ ਵਿੱਚ ਹੀ ਮਹਾਰਾਜ ਜੀ ਉਹ ਪਾਉਣਾ ਕੀਤਾ ਹੈ। ਗੁਰ ਪ੍ਰਸਾਦੀ ਉਲਟੀ ਹੋਵੇ, ਜੋ ਸਤਿਗੁਰਾਂ ਦੀ ਸ਼ਰਨ ਵਿੱਚ ਆਉਂਦਾ ਹੈ ਉਹ ਤੇ ਗੁਰਾਂ ਦੀ ਕਿਰਪਾ ਹੁੰਦੀ ਹੈ, ਤੇ ਗੁਰ ਪ੍ਰਸਾਦੀ ਗੁਰਾਂ ਦੀ ਕਿਰਪਾ ਕਰਕੇ ਉਲਟੀ ਹੋਵੇ, ਜਿਸ ਦੀ ਜਿਹੜੀ ਮਤ ਨਿਵਾਣ ਵੱਲ ਜਾ ਰਹੀ ਹੈ, ਵਿਸ਼ੇ ਵਿਕਾਰਾਂ ਵੱਲ ਜਾ ਰਹੀ ਹੈ, ਮਾਇਆ ਵੱਲ ਜਾ ਰਹੀ ਹੈ, ਉਹ ਮਹਾਰਾਜ ਕਹਿੰਦੇ ਜਿਹਦੀ ਬਿਰਤੀ ਦੁਨੀਆ ਮਾਇਆ ਵਿਕਾਰਾਂ ਵੱਲੋਂ ਉਲਟ ਕੇ ਪਲਟ ਕੇ ਪਰਮੇਸ਼ਰ ਵੱਲ ਜੁੜ ਜਾਂਦੀ ਹੋ ਜਾਂਦੀ ਹੈ। ਗਿਆਨ ਰਤਨ ਸ਼ਬਦ ਤਾਹਾ ਹੈ, ਗਿਆਨ ਰਤਨ ਸ਼ਬਦ ਤਾਹਾ ਹੈ, ਕਹਿੰਦੇ ਤਾਹਾ ਤੋਂ ਭਾਵ ਉਸ ਜੀਵ ਨੂੰ ਜਿਹਦੀ ਬਿਰਤੀ ਉਲਟ ਗਈ ਹੈ, ਗੁਰ ਸ਼ਬਦ ਵੱਲ ਜੁੜ ਗਈ ਹੈ, ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਗਿਆਨ ਰੂਪੀ ਰਤਨ ਪ੍ਰਾਪਤ ਹੋਇਆ, ਭਾਵ ਗਿਆਨ ਦਾ ਚਾਨਣ ਗਿਆਨ ਦਾ ਪ੍ਰਕਾਸ਼ ਉਸ ਜੀਵ ਦੇ ਅੰਦਰ ਹੁੰਦਾ ਏ। ਅੰਧੇਰਾ ਚਾਨਣ ਆਪੇ ਕੀਆ, ਫਿਰ ਸਾਧ ਸੰਗਤ ਹਨੇਰਾ ਤੇ ਚਾਨਣ ਜੋ ਹੈ ਇਹ ਵੀ ਪਰਮੇਸ਼ਰ ਨੇ ਆਪ ਹੀ ਪੈਦਾ ਕੀਤਾ ਹੈ। ਅੰਧੇਰਾ ਹਨੇਰੇ ਤੋਂ ਭਾਵ ਕੇ ਅਗਿਆਨੀ ਪੁਰਖਾਂ ਦੇ ਅੰਦਰ ਅਗਿਆਨਤਾ ਦਾ ਹਨੇਰਾ, ਅਤੇ ਚਾਨਣ ਤੋਂ ਭਾਵ ਜਿਹੜੇ ਗੁਰਮੁਖ ਹਨ ਉਹਨਾਂ ਦੇ ਅੰਦਰ ਗਿਆਨ ਦਾ ਚਾਨਣ, ਆਤਮਿਕ ਚਾਨਣ ਇਹ ਪਰਮੇਸ਼ਰ ਨੇ ਆਪ ਹੀ ਪੈਦਾ ਕੀਤਾ ਹੈ। ਏਕੋ ਵਰਤੈ ਅਵਰ ਨਾ ਬੀਆ, ਇੱਕ ਅਦਵੈਤ ਸਰੂਪ ਪਰਮੇਸ਼ਰ ਹੀ ਸਭ ਥਾਵਾਂ ਤੇ ਵਰਤ ਰਿਹਾ ਮੌਜੂਦ ਹੈ, ਉਸ ਮਾਲਕ ਤੋਂ ਬਗੈਰ ਅਵਰ ਹੋਰ ਦੂਸਰੇ ਸਥਾਨ ਦੇ ਵਿੱਚ ਉਹਦੇ ਵਰਗਾ ਕੋਈ ਨਹੀਂ ਹੈ। ਬੀਆ ਕਹਿੰਦੇ ਨੇ ਦੂਸਰੇ ਨੂੰ, ਅਵਰ ਦੂਸਰਾ ਹੋਰ ਕਈ ਨਹੀਂ ਪਰਮੇਸ਼ਰ ਬਿਨਾ। ਗੁਰ ਪ੍ਰਸਾਦੀ ਆਪ ਪਛਾਣ, ਧੰਨ ਗੁਰੂ ਅਮਰਦਾਸ ਮਹਾਰਾਜ ਕਹਿੰਦੇ ਵੀ ਜਿੱਤੇ ਸਤਿਗੁਰਾਂ ਦੀ ਕਿਰਪਾ ਹੋਵੇ ਨਾ, ਤੇ ਸਤਿਗੁਰਾਂ ਦੀ ਕਿਰਪਾ ਕਰਕੇ ਆਪ ਪਛਾਣ ਹੈ। ਜਿਹੜਾ ਜੀਵ ਆਪਣੇ ਸਰੂਪ ਨੂੰ ਪਛਾਣ ਲੈਂਦਾ ਹੈ ਵੀ ਮੈਂ ਪਰਮੇਸ਼ਰ ਦੀ ਅੰਸ਼ ਹਾਂ, ਮੇਰੀ ਆਤਮਾ ਪਰਮਾਤਮਾ ਦੀ ਪ੍ਰਕਾਸ਼ ਹੈ, ਉਸ ਵਾਹਿਗੁਰੂ ਦੀ ਜੋਤ ਹੈ ਮੇਰੇ ਅੰਦਰ। ਕਮਲ ਵਿਕਸੈ ਬੁੱਧ ਤਾਹਾ ਹੈ, ਉਹਨੂੰ ਮਹਾਰਾਜ ਕਹਿੰਦੇ ਵੀ ਆਤਮ ਵਿਛਾਣੀ ਬੁੱਧੀ ਦੀ ਪ੍ਰਾਪਤ ਹੁੰਦੀ ਹੈ। ਇੱਕ ਤੇ ਵਿਸ਼ੇ ਵਿਛਾਣੀ ਬੁੱਧ ਜਿਹੜੀ ਵਿਸ਼ਿਆਂ ਨੂੰ ਅਨੁਭਵ ਕਰਦੀ ਹੈ, ਇੱਕ ਹੈ ਆਤਮ ਵਿਛਾਣੀ ਬੁੱਧ ਜੋ ਆਤਮਾ ਨੂੰ ਅਨੁਭਵ ਕਰਦੀ ਹੈ, ਪਰਮਾਤਮਾ ਨਾਲ ਮਿਲਣ ਦਾ ਵਿਚਾਰ। ਉਹਨੂੰ ਮਹਾਰਾਜ ਸਾਹਿਬ ਜੀ ਕਹਿੰਦੇ ਵੀ ਆਤਮ ਵਿਛੈਣੀ ਬੁੱਧੀ ਪ੍ਰਾਪਤ ਕਰਕੇ ਉਹਦੇ ਹਿਰਦੇ ਦੇ ਅੰਦਰ ਹਿਰਦਾ ਕਮਲ ਜਿਹੜਾ ਹੈ ਉਹ ਖੇਡ ਆਉਂਦਾ ਹੈ ਹਰ ਸਮੇਂ, ਸ਼ੁਭ ਗੁਣਾਂ ਦੀਆਂ ਪੰਖੜੀਆਂ ਦੇ ਸਹਿਤ ਹੋ ਜਾਂਦਾ ਏ। ਆਪਣੀ ਗਹਿਣ ਗਤ ਆਪੇ ਜਾਣੈ, ਆਪਣੀ ਗਹਿਣ ਗਤ ਸਾਧ ਸੰਗਤ ਜੋ ਪਰਮੇਸ਼ੁਰ ਆਪਣੀ ਗਹਿਣ ਨਾਮ ਹੈ ਗੁਪਤ ਡੂੰਘਾਈ ਦੀ ਜਿਹੜੀ ਗਤ ਗਤੀ ਅਵਸਥਾ ਹੈ ਆਪੇ ਜਾਣਾ, ਉਹਨੂੰ ਆਪ ਹੀ ਜਾਣਦਾ ਵੀ ਕਿੰਨਾ ਕੁ ਗੁਪਤ ਕਿੰਨਾ ਕੁ ਡੂੰਘਾ ਹੈ ਪਰਮੇਸ਼ਰ। ਹੋਰ ਲੋਕ ਸੁਣ ਸੁਣ ਆਖ ਬਖਾਣ, ਹੋਰ ਲੋਕ ਤਾਂ ਕਹਿੰਦੇ ਵੀ ਧਰਮ ਗ੍ਰੰਥਾਂ ਤੋਂ ਵੇਦਾਂ ਸ਼ਾਸਤਰਾਂ ਤੋਂ ਸੁਣਦੇ ਨੇ, ਤੇ ਸੁਣ ਸੁਣ ਕੇ ਅੱਗੇ ਆਖ ਕੇ ਮੁੱਖ ਦੁਆਰਾ ਕਥਨ ਕਰਕੇ ਵਖਿਆਨ ਕਰਕੇ ਦੱਸਦੇ ਹਨ, ਆਪਣਾ ਅਨੁਭਵ ਕੋਈ ਨਹੀਂ ਹੈ। ਗਿਆਨੀ ਹੋਵੇ ਸੋ ਗੁਰਮੁਖ ਬੂਝੈ, ਜੋ ਗਿਆਨਵਾਨ ਹੁੰਦਾ ਹੈ ਨਾ ਬ੍ਰਹਮ ਦਾ ਗਿਆਨ ਜਾਣਨ ਵਾਲਾ, ਸੋ ਗੁਰਮੁਖ ਬੂਝੈ, ਉਹ ਗੁਰਮੁਖ ਗੁਰਾਂ ਦੁਆਰਾ ਆਪਣੇ ਆਤਮਿਕ ਸਰੂਪ ਨੂੰ ਬੁੱਝ ਲੈਂਦਾ ਹੈ, ਉਹਨੂੰ ਅੰਦਰ ਦੀ ਸੋਝੀ ਹੁੰਦੀ ਹੈ ਜੋ ਗਿਆਨ ਪ੍ਰਾਪਤ ਕਰੇ। ਸਾਚੀ ਸਿਫਤ ਸਲਾਹਾ ਹੈ, ਤੇ ਫਿਰ ਉਹ ਪ੍ਰਭੂ ਪਰਮੇਸ਼ਰ ਦੀ ਸਾਚੀ ਸੱਚੀ ਭਗਤੀ ਰੂਪੀ ਸਿਫਤ ਸਲਾਹ ਕਰਦਾ ਰਹਿੰਦਾ ਜਿਹਨੂੰ ਆਤਮਿਕ ਸੂਝ ਹੋ ਗਈ। ਦੇਹੀ ਅੰਦਰ ਬਸਤ ਅਪਾਰਾ, ਸਾਧ ਸੰਗਤ ਜੋ ਦੇਹੀ ਹੈ ਸਾਡੀ ਸਰੀਰ ਹੈ
ਇਹਦੇ ਅੰਦਰ ਵੇਚੀ ਵਸਤ ਅਪਾਰਾ, ਜੋ ਅਪਾਰਾ ਪਾਰਾ ਵਾਰ ਤੋਂ ਰਹਿਤ, ਵਾਰ ਤੋਂ ਰਹਿਤ ਬੇਅੰਤ ਪਰਮੇਸ਼ਰ ਹੈ, ਉਸ ਪਰਮੇਸ਼ਰ ਦੀ ਨਾਮ ਰੂਪੀ ਵਸਤੂ ਅੰਦਰ ਹੀ ਪਈ ਹੋਈ ਹੈ, ਵਾਹਿਗੁਰੂ ਦਾ ਨਾਮ ਅੰਦਰ ਮੌਜੂਦ ਹੈ ਸਾਡੇ। ਆਪੇ ਕਪਟ ਖੁਲਾਵਣ ਹਾਰਾ, ਆਪੇ ਕਪਟ ਖੁਲਾਵਣ ਹਾਰਾ, ਕਪਟ ਪਾਠ ਕਰਨਾ ਵੀ ਆ ਵੀ ਪਰਮੇਸ਼ਰ ਜਿਹੜੇ ਉਹ ਵਸਤੂ ਦੇ ਅੱਗੇ ਦਰਵਾਜ਼ੇ ਲੱਗੇ ਹੋਏ ਨੇ ਨਾ, ਮਾਇਆ ਦੇ, ਅਗਿਆਨਤਾ ਦੇ, ਪੰਜ ਕੋਸ਼ਾਂ ਦੇ ਦਰਵਾਜ਼ੇ ਕਹਿੰਦੇ ਨੇ ਵਿਦਵਾਨ, ਜਾਂ ਆਸਾ ਅਤੇ ਅੰਦੇਸ਼ਾ ਰੂਪੀ ਜਿਹੜੇ ਇਹ ਕਪਟ ਤਖਤੇ ਲੱਗੇ ਹੋਏ ਹਨ, ਇਹਨਾਂ ਤਖਤਿਆਂ ਨੂੰ ਉਹ ਪਰਮੇਸ਼ਰ ਆਪ ਹੀ ਗੁਰਾਂ ਦੁਆਰਾ ਖੁਲਾਵਣ ਹਾਰਾ ਖੋਲਣ ਵਾਲਾ ਹੈ, ਜਿਹਦੇ ਖੋਲ ਦਿੰਦਾ ਹੈ ਆਸਾ ਅੰਦੇਸ਼ਾ ਮਾਇਆ ਗਿਆਨਤਾ ਦੇ ਤਖਤੇ, ਉਹਨੂੰ ਅੰਦਰ ਪਈ ਹੋਈ ਵਸਤੂ ਦਿਸ ਪੈਂਦੀ ਹੈ, ਨਹੀਂ ਤਾਂ ਇਹ ਤੋਂ ਬਗੈਰ ਜੀਵ ਨਾਮ ਵੀ ਹੋਣਾ ਹੀ ਜਾਂਦਾ ਏ। ਗੁਰਮੁਖ ਸਹਿਜੇ ਅੰਮ੍ਰਿਤ ਪੀਵੈ, ਇਸ ਕਰਕੇ ਜਿਹੜੇ ਗੁਰਮੁਖ ਨੇ ਨਾ, ਗੁਰਮੁਖ ਸਹਿਜੇ ਅੰਮ੍ਰਿਤ ਪੀਵੈ, ਮੁਖੀ ਗੁਰਾਂ ਦੁਆਰਾ ਸਹਿਜੇ ਸੁਭਾਵਕ ਕੀ ਅਡੋਲ ਅਵਸਥਾ ਦੇ ਵਿੱਚ ਟਿਕ ਕੇ ਨਾਮ ਅੰਮ੍ਰਿਤ ਨੂੰ ਪੀਣਾ ਕਰੀਏ, ਕਿਉਂਕਿ ਜਿਹਨਾਂ ਜਿਹਨਾਂ ਵੀ ਨਾਮ ਅੰਮ੍ਰਿਤ ਪੀਤਾ ਹੈ ਗੁਰਮੁਖ ਬਣ ਕੇ ਗੁਰਾਂ ਦੁਆਰਾ, ਤ੍ਰਿਸ਼ਨਾ ਅਗਨ ਬੁਝਾਹਾ ਹੈ, ਉਹਨਾਂ ਨੇ ਆਪਣੇ ਅੰਦਰੋਂ ਤ੍ਰਿਸ਼ਨਾ ਦੀ ਅੱਗ ਨੂੰ ਬੁਝਾਹਾ ਹੈ, ਬੁਝਾ ਲੈਂਦੇ ਨੇ, ਤ੍ਰਿਸ਼ਨਾ ਦੀ ਅੱਗ ਨਹੀਂ ਉਹਨਾਂ ਅੰਦਰ ਬਲਦੀ, ਕਿਉਂਕਿ ਨਾਮ ਅੰਮ੍ਰਿਤ ਦੀ, ਨਾਮ ਅੰਮ੍ਰਿਤ ਜਲ ਦੀਆਂ ਧਾਰਾਂ ਦੇ ਨਾਲ ਉਹਦੇ ਅੰਦਰੋਂ ਪਿਆਸ ਵੀ ਬੁਝ ਗਈ ਤੇ ਅੱਗ ਵੀ ਬੁਝ ਗਈ ਹੈ। ਸਭ ਰਸ ਦੇਹੀ ਅੰਦਰ ਪਾਏ, ਸਾਧ ਸੰਗਤ ਪਰਮੇਸ਼ਰ ਨੇ ਨਾ ਸਾਰੇ ਹੀ ਰਸ, ਭਾਵੇਂ ਉਹ ਵਾਹਿਗੁਰੂ ਦਾ ਪ੍ਰੇਮ ਰਸ ਹੈ, ਆਨੰਦ ਰਸ ਹੈ, ਇਹ ਸਾਰੇ ਹੀ ਰਸ ਵਾਹਿਗੁਰੂ ਨੇ ਇਸ ਦੇਹੀ ਕਾਇਆਂ ਦੇ ਵਿੱਚ ਹੀ ਪਾਉਣਾ ਕੀਤੇ ਨੇ, ਭਾਵ ਕਿ ਹਰ ਇੱਕ ਵਸਤੂ ਸਾਡੇ ਅੰਦਰ ਮੌਜੂਦ ਹੈ, ਗੁਰਬਾਣੀ ਉਹ ਉਹਨਾਂ ਪਦਾਰਥਾਂ ਨੂੰ ਪ੍ਰਗਟ ਕਰ ਦਿੰਦੀ ਹੈ। ਵਿਰਲੇ ਕੋ ਗੁਰ ਸ਼ਬਦ ਬੁਝਾਏ, ਪਰ ਕਿਸੇ ਵਿਰਲੇ ਟਾਵੇਂ ਪੁਰਖ ਨੂੰ ਇਹਨਾਂ ਜਿਹੜਾ ਗੁਰਾਂ ਦੀ ਸ਼ਰਨ ਵਿੱਚ ਆਇਆ ਹੈ, ਪਰਮੇਸ਼ਰ ਅਕਾਲ ਪੁਰਖ ਗੁਰੂ ਦੇ ਉਪਦੇਸ਼ ਦੁਆਰਾ ਬੁਝਾਏ, ਬੁਝਾ ਦਿੰਦਾ, ਸਮਝਾਉਣਾ ਕਰਦਾ ਏ। ਅੰਦਰ ਖੋਜੇ ਸ਼ਬਦ ਸਲਾਹ ਹੈ, ਉਹ ਜੋ ਗੁਰੂ ਦੇ ਸ਼ਬਦ ਵਿੱਚ ਜੁੜ ਗਿਆ ਹੈ ਨਾ, ਉਹ ਉਪਦੇਸ਼ ਨੂੰ ਸਲਾਹ ਕਰਕੇ ਆਪਣੇ ਹਿਰਦੇ ਵਿੱਚ ਹੀ ਆਤਮਕ ਸਰੂਪ ਨੂੰ, ਪਰਮਾਤਮ ਨੂੰ ਖੋਜਦਾ, ਅੰਦਰ ਖੋਜੇ, ਅੰਦਰ ਦੀ ਖੋਜ ਕਰਦਾ ਰਹਿੰਦਾ, ਭਾਵ ਅੰਦਰ ਟਿਕਿਆ ਰਹਿੰਦਾ ਏ, ਸ਼ਬਦ ਸਾ ਲਾਹੇ ਦੇ ਗੁਰਾਂ ਦੇ ਸ਼ਬਦ ਦੁਆਰਾ ਪਰਮੇਸ਼ਰ ਨੂੰ ਸਲਾਉਂਦਾ ਹੈ। ਬਾਹਰ ਕਾਹੇ ਜਾਹਾ ਹੈ, ਤੇ ਜਿਹੜਾ ਅੰਦਰ ਟਿਕ ਗਿਆ ਫਿਰ ਬਾਹਰ ਕਾਹੇ ਜਾਹਾ ਹੈ, ਸਾਧ ਸੰਗਤ ਤੋਂ ਜੀਵ ਬਾਹਰ ਕਾਹੇ ਕਿਸ ਵਾਸਤੇ ਜਾਹਾ ਜਾਂਦਾ ਹੈ, ਭਾਵ ਬਾਹਰ ਮੁਖ ਨਹੀਂ ਹੋਣਾ ਕਰਦਾ, ਜੰਗਲਾਂ ਦੇ ਵਿੱਚ ਉਹਨੂੰ ਜਾਣਾ ਨਹੀਂ ਪੈਂਦਾ, ਭਟਕਦਾ ਨਹੀਂ, ਅੰਤਰਮੁਖ ਬਿਰਤੀ ਕਰਕੇ ਟਿਕਿਆ ਰਹਿੰਦਾ ਗੁਰ ਸ਼ਬਦ ਵਿੱਚ। ਬਿਨ ਚਾਖੇ ਸਾਧ ਕਿਸੇ ਨਾ ਆਇਆ, ਸਾਧ ਸੰਗਤ ਨਾਮ ਅੰਮ੍ਰਿਤ ਜੋ ਹੈ ਨਾ, ਬਿਨ ਚਾਖੇ ਇਸ ਨਾਮ ਨੂੰ ਚਾਖੇ ਚੱਖਣ ਤੋਂ ਬਗੈਰ, ਭਾਵ ਕਿ ਬਿਨਾਂ ਜਪੇ ਤੋਂ ਸਾਧ ਕਿਸੇ ਨਾ ਆਇਆ, ਕਿਸੇ ਨੂੰ ਵੀ ਇਸ ਨਾਮ ਦਾ ਜੋ ਆਨੰਦ ਰੂਪੀ ਸਵਾਦ ਹੈ ਨਾ, ਉਹ ਆਇਆ ਨਹੀਂ ਹੈ। ਗੁਰ ਕੈ ਸ਼ਬਦ ਅੰਮ੍ਰਿਤ ਪੀ ਆਇਆ, ਜਿਨ੍ਹਾਂ ਨੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕੀਤੀ ਹੈ, ਉਹਨਾਂ ਨੂੰ ਮਹਾਰਾਜ ਸਾਹਿਬ ਨੇ ਇਹ ਨਾਮ ਅੰਮ੍ਰਿਤ ਪਿਆਉਣਾ ਕੀਤਾ ਏ। ਅੰਮ੍ਰਿਤ ਪੀ ਅਮਰਾ ਪਦ ਹੋਏ, ਉਹ ਨਾਮ ਅੰਮ੍ਰਿਤ ਨੂੰ ਪੀ ਕੇ ਗੁਰਮੁਖ ਅਮਰਾ ਪਦ ਹੋਏ, ਪਦ ਪੋਲਾ ਉਚਾਰਨ ਹੈ ਵੀ ਮਰਨ ਤੋਂ ਰਹਿ ਜੋ ਪਦਵੀ ਹੈ,
ਉਸ ਨੂੰ ਪ੍ਰਾਪਤ ਹੁੰਦੇ ਹਨ। ਗੁਰ ਕੈ ਸ਼ਬਦ ਰਸ ਤਾਹਾ ਹੈ, ਤਾਹਾ ਉਹਨਾਂ ਨੂੰ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਵਾਹਿਗੁਰੂ ਦੇ ਨਾਮ ਦਾ ਰਸ ਆਨੰਦ ਪ੍ਰਾਪਤ ਹੋਇਆ ਏ। ਆਪ ਪਛਾਣੈ ਸੋ ਸਭ ਗੁਣ ਜਾਣੈ, ਜਿਹੜਾ ਜੀਵ ਗੁਰਾਂ ਦੁਆਰਾ ਆਪ ਪਛਾਣੈ, ਆਪਣੇ ਆਤਮ ਸਰੂਪ ਦੀ ਪਛਾਣ ਕਰ ਲੈਂਦਾ ਵੀ ਮੇਰੀ ਜੋ ਜਿਹੜੀ ਜੋਤ ਮੇਰੇ ਅੰਦਰ ਹੈ ਉਹੀ ਆ ਸਾਹਮਣੇ ਵਾਲੇ 'ਚ ਹੈ, ਸਭ ਥਾਵਾਂ 'ਤੇ ਉਹੀ ਹੈ। ਇਸ ਤਰ੍ਹਾਂ ਸੋ ਸਭ ਗੁਣ ਜਾਣੈ, ਉਹ ਜਿਹੜੇ ਸਾਰੇ ਹੀ ਰੱਬੀ ਗੁਣ ਹਨ ਉਹਨਾਂ ਗੁਣਾਂ ਨੂੰ ਆਪਣੇ ਅੰਦਰ ਵਸਾਉਣਾ ਜਾਣ ਲੈਂਦਾ ਵੀ ਜਿਸ ਤਰ੍ਹਾਂ ਮਾਲਕ ਦਾ ਸੁਭਾਅ ਬਖਸ਼ਿੰਦ ਹੈ, ਕਿਰਪਾਲੂ ਹੈ, ਦਿਆਲੂ ਹੈ, ਸਾਨੂੰ ਵੀ ਉਵੇਂ ਰਹਿਣਾ ਚਾਹੀਦਾ। ਜਾਂ ਉਹ ਸਾਰੇ ਗੁਣਾਂ ਦੇ ਸੰਪੰਨ ਜੋ ਪਰਮੇਸ਼ਰ ਹੈ ਉਸ ਵਾਹਿਗੁਰੂ ਨੂੰ ਜਾਣ ਲੈਂਦਾ ਜੋ ਆਪੇ ਨੂੰ ਪਛਾਣੇ। ਗੁਰ ਕੈ ਸ਼ਬਦ ਹਰ ਨਾਮ ਬਖਾਣੈ, ਫਿਰ ਉਹਨੂੰ ਸੋਝੀ ਆਉਂਦੀ ਹੈ, ਗੁਰਾਂ ਦੇ ਉਪਦੇਸ਼ ਦੁਆਰਾ ਸਦਾ ਹਰੀ ਪਰਮੇਸ਼ਰ ਦੇ ਨਾਮ ਦਾ ਵਖਿਆਣ ਕਰਦਾ ਹੈ, ਭਾਵ ਉਚਾਰਦਾ ਹੈ, ਸਿਮਰਨ ਕਰਦਾ। ਬਾਣੀ ਪੜ੍ਹਨ ਦਾ ਤਾਂ ਇਹੀ ਲਾਭ ਹੈ। ਸਾਡੇ ਹੁਣ ਫਰਕ ਹੋਰ ਪੈ ਗਿਆ ਵੀ ਅਸੀਂ ਗੁਰਬਾਣੀ ਸਿੱਖ ਲੈਂਦੇ ਹਾਂ, ਜਿਹੜੇ ਵਿਦਵਾਨ ਸਾਡੇ ਉਹਦੇ ਨਾਲ ਬਹਿਸਾਂ ਕਰਦੇ ਨੇ, ਇੱਕ ਦੂਜੇ ਨੂੰ ਨੀਵਾਂ ਵਿਖਾਉਂਦੇ ਵੀ ਆਹ ਸਾਨੂੰ ਜ਼ਿਆਦਾ ਪਤਾ, ਤੁਹਾਨੂੰ ਪਤਾ ਕੁਝ ਨਹੀਂ, ਪਰ ਗੁਰੂ ਦੇ ਸ਼ਬਦ ਦੁਆਰਾ ਜਿਹੜੇ ਗੁਰਮੁਖ ਨੇ ਉਹ ਸਦਾ ਪਰਮੇਸ਼ਰ ਦਾ ਵਖਿਆਣ ਕਰਦੇ, ਉਹਦੇ ਗੁਣ ਗਾਉਂਦੇ, ਸਿਮਰਨ ਕਰਦੇ ਨੇ, ਇਹੀ ਗੁਰਬਾਣੀ ਕਹਿੰਦੀ ਹੈ। ਅਨੰਦਨ ਨਾਮ ਰਤਾ ਦਿਨ ਰਾਤੀ, ਉਹ ਗੁਰਮੁਖ ਅਨੰਦਨ ਨਾਮ ਰਤਾ ਦਿਨ ਰਾਤੀ 257 ਅੰਗ ਤੇ ਮਹਾਰਾਜ ਕਹਿੰਦੇ ਵੀ ਰਾਤ ਦਿਨ ਇੱਕ ਰਸ ਵਾਹਿਗੁਰੂ ਦੇ ਨਾਮ ਰੰਗ ਵਿੱਚ ਰੰਗਿਆ ਰਹਿੰਦਾ ਏ। ਮਾਇਆ ਮੋਹ ਚੁਕਾ ਹੈ, ਮੋਹ ਮਾਇਆ ਮੋਹ ਚੁਕਾ ਹੈ, ਉਹਨੇ ਮਹਾਰਾਜ ਦੇ ਨਾਮ ਦੁਆਰਾ ਆਪਣੇ ਅੰਦਰੋਂ ਮਾਇਆ ਦਾ ਮੋਹ ਜੋ ਹੈ ਨਾ ਉਹ ਵੀ ਚੁਕਾ ਦਿੱਤਾ, ਜਿਵੇਂ ਕਹਿੰਦੇ ਨਾ ਵੀ ਕਰਜ਼ਾ ਚੁਕਾ ਦਿੱਤਾ, ਇਵੇਂ ਉਹਨੇ ਮਾਇਆ ਦਾ ਮੋਹ ਹੀ ਚੁਕਾ ਦਿੱਤਾ, ਦੂਰ ਕਰ ਲਿਆ ਨਾਮ ਜਪ ਕੇ। ਗੁਰ ਸੇਵਾ ਤੇ ਸਭ ਕਿਛ ਪਾਏ, ਸਾਧ ਸੰਗਤ ਗੁਰ ਸੇਵਾ ਤੇ, ਉਹ ਮਨੁੱਖ ਆਪਣੇ ਸਤਿਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰਕੇ ਸਭ ਕੁਛ ਪਾਏ, ਧਰਮ ਅਰਥ ਕਾਮ ਮੋਖ ਸਾਰੇ ਹੀ ਪਦਾਰਥ ਪਾ ਲੈਂਦਾ ਜੋ ਸੇਵਾ ਕਰਦਾ ਏ। ਹਉ ਮੈਂ ਮੇਰਾ ਆਪ ਗਵਾਏ, ਹਉ ਮੈਂ ਮੇਰਾ, ਹਮੇ ਹੰਗਤਾ ਹੰਕਾਰ ਤੇ ਮੇਰਾ, ਮੇਰ ਤੇ ਰਾਦਕ, ਆਪ ਗਵਾਏ ਤੇ ਆਪ ਆਪਾ ਭਾਵ, ਇਹਨਾਂ ਸਾਰੀਆਂ ਚੀਜ਼ਾਂ ਨੂੰ ਮਹਾਰਾਜ ਕਹਿੰਦੇ ਗਵਾ ਲੈਂਦਾ ਹੈ, ਭਾਵ ਤਿਆਗ ਕਰ ਦਿੰਦਾ ਹੈ ਮੈਂ ਮੇਰੀ ਦਾ ਹੰਕਾਰ ਦਾ। ਆਪੇ ਕਿਰਪਾ ਕਰੇ ਸੁਖਦਾਤਾ, ਜੇ ਸੁੱਖਾਂ ਦਾ ਦੇਣ ਵਾਲਾ ਸੁਖਦਾਤਾ ਪਰਮੇਸ਼ਰ ਆਪ ਹੀ ਕਿਰਪਾ ਦ੍ਰਿਸ਼ਟੀ ਕਰ ਦੇਵੇ ਨਾ, ਆਪ ਜੀਵਾਂ 'ਤੇ ਮਿਹਰ ਕਰੇ, ਤਰਸ ਕਰੇ ਮਾਲਕ। ਗੁਰ ਕੈ ਸ਼ਬਦੇ ਸੋਹਾ ਹੈ, ਉਹ ਜੀਵ ਜਿਹਦੇ 'ਤੇ ਪਾਤਸ਼ਾਹ ਜੀ ਦੀ ਕਿਰਪਾ ਹੋ ਜਾਵੇ ਉਹ ਗੁਰਾਂ ਦੇ ਚਰਨਾਂ ਨਾਲ ਜੁੜਦਾ, ਗੁਰਾਂ ਦੀ ਚਰਨ ਸ਼ਰਨ ਵਿੱਚ ਆ ਕੇ ਗੁਰੂ ਦਾ ਜੋ ਸ਼ਬਦ ਉਪਦੇਸ਼ ਹੈ ਉਹਦੀ ਕਮਾਈ ਕਰਦਾ ਹੈ, ਅਤੇ ਕਮਾਈ ਕਰਕੇ ਸੋਹਾ ਹੈ ਲੋਕ ਪਰਲੋਕ ਵਿੱਚ ਸ਼ੋਭਨੀਕ ਹੋ ਜਾਂਦਾ ਹੈ, ਸੋਹਣੇ ਜੀਵਨ ਵਾਲਾ ਬਣ ਜਾਂਦਾ ਹੈ। ਗੁਰ ਕਾ ਸ਼ਬਦ ਅੰਮ੍ਰਿਤ ਹੈ ਬਾਣੀ, ਸਾਧ ਸੰਗਤ ਜੋ ਗੁਰਾਂ ਦਾ ਸ਼ਬਦ ਉਪਦੇਸ਼ ਹੈ ਨਾ ਅੰਮ੍ਰਿਤ ਹੈ ਬਾਣੀ, ਇਹ ਮ੍ਰਿਤੂ ਤੋਂ ਰਹਿਤ ਕਰਨ ਵਾਲੀ ਬਾਣੀ ਰੂਪ ਹੈ ਗੁਰਾਂ ਦਾ ਉਪਦੇਸ਼। ਜਾਂ ਮਹਾਰਾਜ ਕਹਿੰਦੇ ਵੀ ਇਹ ਅੰਮ੍ਰਿਤ ਬਾਣੀ ਹੈ ਜੋ ਇਹੀ ਗੁਰਾਂ ਦਾ ਸ਼ਬਦ ਉਪਦੇਸ਼ ਹੈ। ਆਨੰਦਨ ਹਰ ਕਾ ਨਾਮ ਬਖਾਣੀ, ਇਸ ਬਾਣੀ ਦੁਆਰਾ ਜਿਹੜੇ ਜਗਿਆਸੂ ਨੇ ਉਹ ਆਨੰਦਨ ਰਾਤ ਦਿਨ ਹਰ ਕਾ ਨਾਮ ਬਖਾਣੀ, ਹਰੀ ਪਰਮੇਸ਼ਰ ਦੇ ਨਾਮ ਦਾ ਹੀ ਬਖਾਣੀ ਵਖਿਆਨ ਕਥਨ ਕਰਦੇ,
ਭਾਵ ਗੁਰਬਾਣੀ ਦੁਆਰਾ ਵਾਹਿਗੁਰੂ ਦਾ ਸਿਮਰਨ ਕਰਦੇ ਹਨ, ਇਹ ਗੁਰਮੁਖ ਜਗਿਆਸੂਆਂ ਦੀ ਅਵਸਥਾ ਹੈ। ਹਰ ਹਰ ਸੱਚਾ ਵਸੈ ਘਟ ਅੰਤਰ, ਹਰ ਸਾਰਿਆਂ ਨੂੰ ਹਰੇ ਪਰੇ ਕਰਨ ਵਾਲਾ, ਹਰ ਪਾਪਾਂ ਦਾ ਹਾਰਕ ਜੋ ਪਰਮੇਸ਼ਰ ਸੱਚਾ ਹੈ, ਵਸੈ ਘਟ ਅੰਤਰ, ਜਿਨ੍ਹਾਂ ਦੇ ਹਿਰਦੇ ਦੇ ਘਟ ਦੇ ਅੰਤਰ ਵਸ ਜਾਂਦਾ ਏ। ਸੋ ਘਟ ਨਿਰਮਲ ਤਾਹਾ ਹੈ, ਤਾਹਾ ਉਸ ਮਨੁੱਖ ਦਾ ਮਹਾਰਾਜ ਕਹਿੰਦੇ ਉਹ ਘਟ ਹਿਰਦਾ ਜਿਹਦੇ ਵਿੱਚ ਪਰਮੇਸ਼ੁਰ ਵਸਿਆ, ਉਹ ਪ੍ਰਭੂ ਦੀ ਪ੍ਰਾਪਤੀ ਕਰਨੇ ਕਰਕੇ ਨਿਰਮਲ ਸ਼ੁੱਧ ਹੋ ਜਾਂਦਾ, ਕਿਸੇ ਤਰ੍ਹਾਂ ਦੀ ਪਾਪ ਵਿਕਾਰ ਨਿੰਦਾ ਚੁਗਲੀ ਈਰਖਾ ਦੀ ਮੈਲ ਨਹੀਂ ਉਸ ਹਿਰਦੇ 'ਚ ਲੱਗੀ ਰਹਿ ਜਾਂਦੀ। ਸੇਵਕ ਸੇਵ ਹੈ ਸ਼ਬਦ ਸਲਾਹੇ, ਸਲਾਹਾ ਹੈ ਸੇਵਕ ਸੇਵ ਹੈ ਸ਼ਬਦ ਸਲਾਹਾ ਹੈ, ਪ੍ਰਭੂ ਦੇ ਸੇਵਕ ਦਾਸ ਜਿਹੜੇ ਨੇ ਨਾ ਸਾਧ ਸੰਗਤ, ਉਹ ਗੁਰਾਂ ਨੂੰ ਸੇਵਦੇ ਹਨ ਤੇ ਗੁਰਾਂ ਦੇ ਸ਼ਬਦ ਉਪਦੇਸ਼ ਦੁਆਰਾ ਪਰਮੇਸ਼ਰ ਨੂੰ ਸਲਾਉਂਦੇ ਰਹਿੰਦੇ ਹਨ। ਸਦਾ ਰੰਗ ਰਾਤੀ ਹਰ ਗੁਣ ਗਾਵੇ, ਉਹ ਸਦਾ ਹਮੇਸ਼ਾ ਹੀ ਪ੍ਰੇਮ ਰੰਗ ਵਿੱਚ ਰੰਗੇ ਹੋਏ ਹਰੀ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਹਨ, ਗੁਰੂ ਸਾਹਿਬ ਜੀ ਦੇ ਨਾਲ ਮਿਲ ਕੇ ਭਾਵ ਸੰਗਤ ਵਿੱਚ ਬੈਠ ਕੇ। ਆਪੇ ਬਖਸ਼ੇ ਸ਼ਬਦ ਮਿਲਾਏ, ਆਪੇ ਬਖਸ਼ੇ ਸ਼ਬਦ ਮਿਲਾਏ, ਉਹ ਜੋ ਗੁਰਾਂ ਨੇ ਜੀਵ ਆਪ ਹੀ ਉਪਦੇਸ਼ ਵਿੱਚ ਮਿਲਾ ਕੇ, ਪ੍ਰਭੂ ਨੇ ਆਪ ਹੀ ਗੁਰਾਂ ਦੇ ਸ਼ਬਦ ਵਿੱਚ ਜਿਹੜੇ ਮੇਲ ਕੇ ਅਤੇ ਫਿਰ ਸਾਧ ਸੰਗਤ ਆਪ ਹੀ ਬਖਸ਼ ਲਏ ਨੇ, ਜਾਂ ਆਪੇ ਬਖਸ਼ੇ, ਵਾਹਿਗੁਰੂ ਆਪ ਹੀ ਬਖਸ਼ਦਾ ਹੈ ਗੁਰਾਂ ਦੁਆਰਾ, ਗੁਰਾਂ ਦੇ ਸ਼ਬਦ ਵਿੱਚ ਮਿਲਾ ਕੇ ਗੁਰਾਂ ਦੀ ਬਾਣੀ ਨਾਲ ਜੋੜ ਕੇ। ਪਰਮਲ ਵਾਸ ਮਨ ਤਾਹਾ ਹੈ, ਜਿਹੜੇ ਬਖਸ਼ੇ ਨੇ ਨਾ, ਪਰਮਲ ਕਹਿੰਦੇ ਨੇ ਚੰਦਨ ਨੂੰ, ਪਰਮਲ ਵਾਸ, ਪਰਮਲ ਚੰਦਨ ਦੀ ਵਾਸ ਸੁਗੰਧੀ ਤੋਂ ਭਾਵ ਕੇ ਪਰਮੇਸ਼ਰ ਦੀ ਭਗਤੀ ਜੋ ਹੈ, ਤਾਹਾ ਹੇ ਉਹਨਾਂ ਦੇ ਮਨ ਵਿੱਚ ਵਾਹਿਗੁਰੂ ਦੀ ਭਗਤੀ ਰੂਪੀ ਜਿਹੜੀ ਚੰਦਨ ਦੀ ਸੁਗੰਧੀ ਹੈ ਉਹ ਵਸਦੀ ਹੈ, ਭਾਵ ਕੇ ਵਾਹਿਗੁਰੂ ਦੀ ਭਗਤੀ ਰੋਮ ਰੋਮ ਦੇ ਵਿੱਚ ਸਿਮਰਨ ਵਸ ਜਾਂਦਾ ਹੈ, ਜਿਵੇਂ ਸਾਧ ਸੰਗਤ ਚੰਦਨ ਦੀ ਸੁਗੰਧੀ ਹਵਾ ਆਵੇ ਜਿੱਧਰ ਜਾਵੇ ਤਾਂ ਨਿਹਾਲ ਕਰਦੀ ਹੈ, ਜਿਨ੍ਹਾਂ ਨੂੰ ਖੁਸ਼ਬੂ ਆਵੇ, ਜਿਹੜੇ ਰੁੱਖਾਂ ਨੂੰ ਪ੍ਰਾਪਤ ਹੋਵੇ ਉਹ ਵੀ ਖੁਸ਼ਬੂਦਾਰ ਬਣ ਜਾਂਦੇ ਹਨ, ਇਵੇਂ ਹੀ ਉਹ ਗੁਰਮੁਖ ਜਿਹੜੇ ਹਨ ਉਹਨਾਂ ਦੇ ਅੰਦਰ ਭਗਤੀ ਦੀ ਸੁਗੰਧੀ ਆਉਂਦੀ ਹੈ, ਵਾਸਨਾ ਆਉਂਦੀ ਹੈ। ਸਭ ਦੇ ਅਕਥ ਕਥੇ, ਭਾਵ ਇਹ ਹੋ ਜਾਂਦਾ ਵੀ ਜਦੋਂ ਗੁਰਮੁਖ ਕੋਈ ਬਚਨ ਕਰਦੇ ਨੇ ਨਾ, ਇੱਕ ਤਾਂ ਉਹ ਲੋਕ ਨੇ ਜਿਹੜਾ ਗੰਦਾ ਹੀ ਬੋਲਦੇ ਨੇ, ਕਿਸੇ ਦੇ ਮੂੰਹ 'ਚੋਂ ਨਿੰਦਾ ਨਿਕਲਦੀ ਹੈ, ਕਿਸੇ ਦੇ ਮੂੰਹ 'ਚੋਂ ਗਾਲਾਂ ਨਿਕਲਦੀਆਂ ਨੇ, ਇਹ ਗੰਦਗੀ ਦੀ ਬੋ ਆ ਰਹੀ ਹੈ, ਪਰ ਗੁਰਮੁਖ ਜਿਹੜੇ ਨੇ ਉਹਨਾਂ ਦੇ ਮੁਖ ਤੋਂ ਵਾਹਿਗੁਰੂ ਦੀ ਸਿਫਤ ਨਿਕਲਦੀ ਹੈ, ਪਰਮੇਸ਼ਰ ਦੇ ਗੁਣ ਨਿਕਲਦੇ ਨੇ, ਇਹ ਮਾਨੋ ਵੀ ਉਹ ਭਗਤੀ ਕਰਨੇ ਕਰਕੇ ਅੰਦਰੋਂ ਚੰਦਨ ਦੀ ਸੁਗੰਧੀ ਆ ਰਹੀ ਹੈ ਗੁਰਮੁਖਾਂ ਦੇ। ਸਬਦੇ ਅਕਥ ਕਥੇ ਸਾ ਲਾਹੇ, ਮਹਾਰਾਜ ਸਾਹਿਬ ਜੀ ਕਹਿੰਦੇ ਸ਼ਬਦੇ ਜੋ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਅਕਥ ਕਥੇ ਸਾ ਲਾਹੇ, ਅਕਥ ਕਥਨ ਤੋਂ ਰਾਤ ਪਰਮੇਸ਼ਰ ਦੇ ਜਸ ਨੂੰ ਵਡਿਆਈ ਨੂੰ ਕਥਨ ਕਰਦੇ ਨੇ, ਅਤੇ ਪਰਮੇਸ਼ੁਰ ਅਕਾਲ ਪੁਰਖ ਨੂੰ ਗੁਰਾਂ ਦੁਆਰਾ ਸਲਾਉਂਦੇ ਰਹਿੰਦੇ ਹਨ, ਹਰ ਸਮੇਂ ਕੋਈ ਗਿਲਾ ਸ਼ਿਕਵਾ ਨਹੀਂ ਕਰਦੇ ਮਾਲਕ ਤੇ। ਮੇਰੇ ਪ੍ਰਭ ਸੱਚੇ ਬੇਪਰਵਾਹ, ਉਹ ਮੇਰੇ ਪ੍ਰਭੂ ਸੱਚੇ ਅਕਾਲ ਪੁਰਖ ਨੇ, ਉਹ ਸਾਰੇ ਹੀ ਬੇਪਰਵਾਹੇ, ਬੇਪਰਵਾਹ ਬੇਮੋਥਾਜ ਆਪਣਾ ਹੀ ਸਰੂਪ ਕਰ ਦਿੱਤੇ ਨੇ, ਜਾਂ ਮਹਾਰਾਜ ਸਾਹਿਬ ਜੀ ਕਹਿੰਦੇ ਜੋ ਬੇਪਰਵਾਹ ਬੇਮੋਥਾਜ ਪਰਮੇਸ਼ੁਰ ਹੈ, ਉਹ ਮੇਰੇ ਸੱਚੇ ਪ੍ਰਭੂ ਪਰਮੇਸ਼ੁਰ ਦੇ ਸਰੂਪ ਵਿੱਚ ਮਿਲੇ ਹੋਏ ਉਹਦੇ ਗੁਣਾਂ ਨੂੰ ਗਾਉਂਦੇ ਹਨ। ਆਪੇ ਗੁਣਦਾਤਾ ਸ਼ਬਦ ਮਿਲਾਏ, ਆਪੇ ਗੁਣਦਾਤਾ ਸ਼ਬਦ ਮਿਲਾਏ, ਉਹਨਾਂ ਨੂੰ ਗੁਣਾਂ ਦਾ ਦਾਤਾ, ਗੁਣਾਂ ਦੇ ਦੇਣ ਵਾਲਾ ਜੋ ਪਰਮੇਸ਼ਰ ਹੈ ਜੀਵਾਂ ਨੂੰ, ਆਪ ਹੀ ਗੁਰਾਂ ਦੇ ਸ਼ਬਦ ਉਪਦੇਸ਼ ਦੇ ਵਿੱਚ
ਮਿਲਾ ਦਿੰਦਾ, ਗੁਰਾਂ ਦੀ ਬਾਣੀ ਪੜਨ ਵਿੱਚ ਪ੍ਰੇਮ ਪੈਦਾ ਕਰ ਦਿੰਦਾ ਏ। ਸ਼ਬਦ ਕਾ ਰਸ ਤਾਹਾ ਹੈ, ਫਿਰ ਉਹਨਾਂ ਨੂੰ ਹੀ ਮਹਾਰਾਜ ਕਹਿੰਦੇ ਤਾਹਾ ਹੈ ਤੋਂ ਭਾਵ ਉਹਨਾਂ ਨੂੰ ਹੀ ਗੁਰੂ ਦੇ ਸ਼ਬਦ ਦੇ ਉਪਦੇਸ਼ ਦੀ ਕਮਾਈ ਦਾ ਰਸ ਆਨੰਦ ਪ੍ਰਾਪਤ ਹੁੰਦਾ ਏ। ਮਨ ਮੁਖ ਭੁੱਲਾ ਠੌਰ ਨਾ ਪਾਵੇ, ਜਿਹੜੇ ਮਾਨਾਈਆਂ ਕਰਦੇ ਨੇ ਨਾ ਉਹ ਪੁਰਖ ਪਰਮੇਸ਼ਰ ਦੇ ਨਾਮ ਵੱਲੋਂ ਆਪਣੇ ਸਰੂਪ ਵੱਲੋਂ ਭੁੱਲਿਆ ਹੋਇਆ, ਇਸੇ ਕਰਕੇ ਠੌਰ ਨਾ ਪਾਏ, ਕਿਤੇ ਵੀ ਠੌਰ ਅਸਥਿਤੀ ਨਹੀਂ ਪਾਉਂਦਾ, ਭਾਵ ਆਤਮਕ ਸ਼ਾਂਤੀ ਨਹੀਂ ਮਿਲਦੀ, ਵਾਹਿਗੁਰੂ ਦੇ ਚਰਨਾਂ 'ਚ ਨਿਵਾਸ ਨਹੀਂ ਮਿਲਦਾ ਮਨਮੁਖਾਂ ਨੂੰ। ਜੋ ਤੁਰ ਲਿਖਿਆ ਸੋ ਕਰਮ ਕਮਾਏ, ਉਹਨਾਂ ਨੇ ਸੰਚਿਤ ਕਰਮਾਂ ਦੇ ਅਨੁਸਾਰ ਕਰਤਾਰ ਨੇ ਜੋ ਤੁਰ ਆਪਦੇ ਮੱਥੇ ਦੇ ਉੱਤੇ ਲੇਖ ਲਿਖ ਦਿੱਤਾ ਹੈ ਨਾ, ਸੋ ਕਰਮ ਕਮਾਏ, ਉਹ ਮਨਮੁਖ ਉਹੀ ਕਰਮਾਂ ਨੂੰ ਕਮਾਉਂਦੇ ਹਨ, ਪਿਛਲੇ ਕਰਮ ਹੀ ਨਹੀਂ ਉਹਨਾਂ ਦਾ ਖਹਿੜਾ ਛੱਡਦੇ ਹੁਣ। ਲਿਖਿਆ ਰਾਤੇ, ਜਿਵੇਂ ਕਹਿ ਦਿੰਦੇ ਨਾ ਵੀ ਇੱਕ ਝੂਠ ਬੋਲ ਕੇ ਫਿਰ ਉਹਨੂੰ ਸੱਚ ਬਣਾਉਣ ਲਈ ਹੋਰ 100 ਝੂਠ ਬੋਲਣਾ ਪੈਂਦਾ, ਗਾਂਹ ਗਾਂਹ ਫਸ ਜਾਈਦਾ, ਇਵੇਂ ਇੱਕ ਪਾਪ ਕਰਕੇ ਫਿਰ ਅੱਗੇ ਤੋਂ ਅੱਗੇ ਕਈ ਪਾਪ ਕਰ ਲਈਦੇ ਨੇ ਤੇ ਉਹ ਫਿਰ ਪਾਪ ਕਰਮ ਬਣ ਜਾਂਦੇ, ਖਹਿੜਾ ਹੀ ਨਹੀਂ ਛੱਡਦੇ। ਵਿਖਿਆ ਰਾਤੇ ਵਿਖਿਆ ਖੋਜੈ, ਉਹ ਜਿਹੜੇ ਪੁਰਖ ਵਿਖਿਆ ਵਿਸ਼ੇ ਵਿਕਾਰਾਂ ਜਾਂ ਵਿਖਿਆ ਮਾਇਆ ਦੇ ਵਿੱਚ ਹੀ ਰਾਤੇ ਰੰਗੇ ਹੋਏ ਰਹਿੰਦੇ ਨੇ ਨਾ, ਵਿਖਿਆ ਖੋਜੈ, ਉਹ ਵਿਖਿਆ ਵਿਸ਼ੇ ਵਿਕਾਰਾਂ ਦੀ ਖੋਜ ਕਰਦੇ ਨੇ ਜਾਂ ਵਿਸ਼ੇ ਵਿਖਿਆ ਮਾਇਆ ਨੂੰ ਖੋਜਦੇ ਰਹਿੰਦੇ ਵੀ ਕਿਤੇ ਉਹ ਵੱਜ ਜਾਵੇ, ਕਿਤੇ ਵਿਕਾਰ ਭੋਗ ਲਈਏ, ਕਿਤੋਂ 4 ਪੈਸੇ ਹੋਰ ਆ ਜਾਣ। ਮਰ ਜਨਮ ਹੈ ਦੁੱਖ ਤਾਹਾ, ਤਾਹਾ ਉਹਨਾਂ ਨੂੰ ਮਹਾਰਾਜ ਕਹਿੰਦੇ ਵੀ ਮਰ ਜਨਮ ਹੈ, ਮਰਨੇ ਦੇ ਜਨਮ ਹੈ, ਜੰਮਣੇ ਦਾ ਦੁੱਖ ਪਿਆ ਰਹਿੰਦਾ ਹੈ, ਭਾਵ ਕੇ ਦੁੱਖ ਹੀ ਵਾਪਰਦੇ ਨੇ ਉਹਨਾਂ ਦੀ ਜ਼ਿੰਦਗੀ ਦੇ ਵਿੱਚ। ਆਪੇ ਆਪ ਆਪ ਸਾ ਲਾਹੇ, ਪਰਮੇਸ਼ਰ ਦੇ ਸਨਮੁਖ ਬੇਨਤੀ ਹੈ, ਹੇ ਪਾਤਸ਼ਾਹ ਆਪੇ ਆਪ, ਤੂੰ ਆਪੇ ਆਪ ਹੀ ਨਾ ਆਪ ਸਾ ਲਾਹੇ ਆਪਣੇ ਸਰੂਪ ਨੂੰ ਸਲਾਹੁੰਦਾ ਹੈ। ਅਸਲ ਵਿੱਚ ਭਗਤਾਂ ਦੀ ਇਹ ਬਿਰਤੀ ਹੈ ਵੀ ਅਸੀਂ ਨਹੀਂ ਸਿਫਤ ਕਰ ਰਹੇ, ਹੇ ਮਾਲਕ ਆਪੇ ਆਪ ਹੀ ਤੂੰ ਸਭ ਕੁਝ ਕਹਿੰਦੇ, ਆਪ ਹੀ ਆਪਣੇ ਆਪ ਨੂੰ ਸਲਾਹੁੰਦਾ ਹੈ, ਜਾਂ ਆਪੇ ਆਪ ਤੂੰ ਆਪ ਹੀ ਸਤਿਗੁਰੂ ਰੂਪ ਹੈ, ਆਪ ਹੀ ਸ਼ਬਦ ਰੂਪ ਹੈ, ਆਪ ਸਾ ਲਾਹੇ ਦੇ ਆਪ ਹੀ ਸਿੱਖ ਜਗਿਆਸੂ ਰੂਪ ਹੋ ਕੇ ਤੇ ਆਪਣੇ ਆਪ ਨੂੰ ਸ਼ਬਦ ਦੁਆਰਾ ਸਲਾਹੁੰਦਾ ਹੈ, ਸਿਫਤ ਕਰਦਾ ਏ। ਤੇਰੇ ਗੁਣ ਪ੍ਰਭ ਤੁਝ ਹੀ ਮਾਹੇ, ਪ੍ਰਭੂ ਪਰਮੇਸ਼ਰ ਜਿਹੜੇ ਤੁਹਾਡੇ ਗੁਣ ਨੇ ਨਾ ਵੀ ਅਕਿਰਤ ਘਣਾ ਨੂੰ ਵੀ ਰੋਜੀ ਦਈ ਜਾ ਰਹੇ ਹੋ, ਪਾਪੀਆਂ ਨੂੰ ਵੀ ਬਖਸ਼ ਲੈਂਦੇ ਹੋ, ਇਹ ਗੁਣ ਮਹਾਰਾਜ ਤੇਰੇ ਵਿੱਚ ਹੀ ਹਨ। ਜੀਵ ਤਾਂ ਕਹਿੰਦੇ ਮੌਕਾ ਮਿਲੇ ਜੇ ਕੋਈ ਗਲਤੀ ਕਰੇ ਤੇ ਉਹਨੂੰ ਛੱਡਣਾ ਨਹੀਂ ਅਸੀਂ, ਪਰ ਹੇ ਪਾਤਸ਼ਾਹ ਤੇਰੇ ਪਰ ਉਪਕਾਰ ਸ਼ੁਭ ਗੁਣ ਜਿਹੜੇ ਹਨ ਤੁਝ ਹੀ ਮਾਹੇ, ਉਹ ਤੇਰੇ ਵਿੱਚ ਹੀ ਸਮਾਏ ਹੋਏ ਨੇ, ਤੇਰੇ ਵਰਗਾ ਹੋਰ ਕੋਈ ਨਹੀਂ ਹੈ। ਤੂੰ ਆਪ ਸੱਚਾ, ਤੇਰੀ ਬਾਣੀ ਸੱਚੀ, ਮਹਾਰਾਜ ਤੂੰ ਆਪ ਵੀ ਸੱਚਾ ਹੈ, ਕੋਈ ਮੈਲ ਕੋਈ ਝੂਠ ਹੈ ਹੀ ਨਹੀਂ ਤੇਰੇ ਅੰਦਰ, ਤੇਰੀ ਮਹਾਰਾਜ ਜੋ ਬਾਣੀ ਹੈ ਸਤਨਾਮ ਵਾਹਿਗੁਰੂ ਰੂਪ ਉਹ ਵੀ ਸੱਚੀ ਹੈ, ਜੀਵਨ ਸਫਲ ਕਰ ਦਿੰਦੀ ਹੈ। ਆਪੇ ਅਲੱਖ ਅਥਾਹਾ, ਵਾਹਿਗੁਰੂ ਤੂੰ ਆਪ ਹੀ ਅਲੱਖ ਲਖਣ ਤੋਂ ਰਹਿਤ ਹੈ, ਸ਼ੁੱਧ ਮਨ ਕਰਕੇ ਸੰਕਲਪਾਂ ਵਿਕਲਪਾਂ ਨਾਲ ਲਖਿਆ ਜਾਣਿਆ ਨਹੀਂ ਜਾਂਦਾ, ਤੇਰੇ ਦਰਸ਼ਨ ਨਹੀਂ ਹੁੰਦੇ, ਅਤੇ ਫਿਰ ਅਥਾਹਾ ਹੇ ਆਪ ਹੀ ਮਹਾਰਾਜ ਤੂੰ ਡੂੰਘਾ ਗੰਭੀਰਤਾ ਵਾਲਾ ਹੈ, ਤੇਰਾ ਕੋਈ ਥਾ ਓੜਕ ਬੰਨਾ ਨਹੀਂ ਪਾ ਸਕਦਾ। ਬਿਨ ਗੁਰ ਦਾਤੇ ਕੋਈ ਨਾ ਪਾਏ, ਬਿਨ ਗੁਰ ਦਾਤੇ ਦਾਤਾਰ ਸਤਿਗੁਰੂ ਸਾਹਿਬ ਤੋਂ ਬਗੈਰ ਮਹਾਰਾਜ ਕੋਈ ਨਾ ਪਾਏ, ਕੋਈ ਵੀ ਤੇਰੇ ਸਰੂਪ ਨੂੰ ਨਾਮ ਨੂੰ ਗਿਆਨ ਨੂੰ ਪ੍ਰਾਪਤ ਕਰ ਹੀ ਨਹੀਂ ਸਕਦਾ। ਲੱਖ ਕੋਟੀ ਜੇ ਕਰਮ ਕਮਾਏ, ਕਹਿੰਦੇ ਜੇ ਕੋਈ ਲੱਖਾਂ ਹੀ ਕੋਟੀ ਕਰੋੜਾਂ ਹੀ ਕਰਮ ਕਾਂਡਾਂ ਨੂੰ ਵੀ ਕਮਾਵੇ, ਭੁੱਖੇ ਰਹੇ ਜਲ ਧਾਰੇ ਕਰੇ
ਨੇਮ ਰੱਖੇ ਇਹੋ ਜਿਹੇ ਕਰਮ ਕਾਂਡ ਕਮਾਏ, ਚੁਰਾਹਿਆਂ 'ਚ ਦਾਲਾਂ ਸੁੱਟੇ, ਸ਼ਨੀਵਾਰ ਤੇਲ ਚੜ੍ਹਾਏ, ਇਹੋ ਜਿਹੇ ਲੱਖਾਂ ਕਰੋੜਾਂ ਕਰਮ ਕਾਂਡ ਕਰ ਲਵੇ ਪਰ ਮਹਾਰਾਜ ਸਾਹਿਬ ਜੀ ਫਿਰ ਵੀ ਉਹ ਤੇਰੇ ਨਾਮ ਨੂੰ ਤੇਰੇ ਸਰੂਪ ਨੂੰ ਨਹੀਂ ਪਾ ਸਕਦਾ। ਗੁਰ ਕਿਰਪਾ ਤੇ ਘਟ ਅੰਤਰ ਵਸਿਆ, ਸਾਧ ਸੰਗਤ ਗੁਰਾਂ ਦੀ ਮਿਹਰ ਤੋਂ ਜਿਨ੍ਹਾਂ ਗੁਰਮੁਖਾਂ ਦੇ ਘਟ ਹਿਰਦੇ ਦੇ ਵਿੱਚ ਪਰਮੇਸ਼ਰ ਅਕਾਲ ਪੁਰਖ ਜਾਂ ਉਹਦਾ ਨਾਮ ਵਸਦਾ ਏ, ਸਬਦ ਸੱਚ ਸਲਾਹਾ, ਉਹਨਾਂ ਨੇ ਗੁਰਾਂ ਦੇ ਸ਼ਬਦ ਉਪਦੇਸ਼ ਕਰਕੇ ਸੱਚੇ ਪ੍ਰਭੂ ਦੇ ਨਾਮ ਨੂੰ ਹੀ ਸਲਾਹੁਣਾ ਕੀਤਾ, ਸਦਾ ਸਲਾਹੁੰਦੇ ਰਹਿੰਦੇ ਹਨ ਰੱਬ ਨੂੰ। ਸੇ ਜਨ ਮਿਲੇ ਤੁਰ ਆਪ ਮਿਲਾਏ, ਸੇ ਜਨ ਮਿਲੇ ਉਹ ਜਨ ਪੁਰਖ ਵਾਹਿਗੁਰੂ ਦੇ ਸਰੂਪ ਵਿੱਚ ਮਿਲੇ, ਅਭੇਦ ਹੋ ਗਏ ਨੇ ਇੱਕ ਮਿਕ, ਤੁਰੇ ਆਪ ਮਿਲਾਏ, ਜਿਹੜੇ ਤੁਰ ਆਦਿ ਤੋਂ ਹੀ ਪਰਮੇਸ਼ਰ ਨੇ ਆਪਣੇ ਨਾਲ ਮਿਲਾਉਣਾ ਕੀਤੇ ਹਨ। ਸਾਚੀ ਬਾਣੀ ਸ਼ਬਦ ਸੁਹਾਏ, ਉਹ ਗੁਰਾਂ ਦੀ ਸੱਚੀ ਬਾਣੀ ਪੜ੍ਹਦੇ ਨੇ ਤੇ ਉਪਦੇਸ਼ ਕਰਕੇ ਮਹਾਰਾਜ ਦੇ ਲੋਕ ਪ੍ਰਲੋਕ ਵਿੱਚ ਸੁਹਾਏ, ਸੋਭਨੀਕ ਹੋਏ ਨੇ, ਸੋਹਣੇ ਜੀਵਨ ਵਾਲੇ ਬਣਦੇ ਹਨ ਗੁਰਮੁਖ। ਨਾਨਕ ਜਨ ਗੁਣ ਗਾਵੇ ਨਿਤ ਸਾਚੇ, ਧੰਨ ਗੁਰੂ ਅਮਰਦਾਸ ਸਾਹਿਬ ਜੀ ਕਥਨ ਕਰਦੇ ਨੇ, ਨਾਨਕ ਜਨ ਗੁਣ ਗਾਵੇ ਨਿਤ ਸਾਚੇ, ਵੀ ਜੋ ਸੱਚਾ ਪਰਮੇਸ਼ਰ ਹੈ ਗੁਰਮੁਖ ਜਨ ਨਿਤਾ ਪ੍ਰਤੀ ਉਸ ਵਾਹਿਗੁਰੂ ਦੇ ਗੁਣਾਂ ਨੂੰ ਗਾਉਂਦੇ ਰਹਿੰਦੇ ਹਨ। ਗੁਣ ਗਾਵਹਿ ਗੁਣੀ ਸਮਾਹਾ, ਵਾਹਿਗੁਰੂ ਮਾਲਕ ਦੇ ਗੁਣਾਂ ਨੂੰ ਗਾਉਂਦੇ ਨੇ ਤੇ ਗੁਣ ਗਾਉਂਦੇ ਆ, ਜੋ ਗੁਣਾਂ ਦਾ ਮਾਲਕ ਗੁਣੀ ਪਰਮੇਸ਼ਰ ਹੈ ਉਹਦੇ ਸਰੂਪ ਵਿੱਚ ਹੀ ਸਮਾਹਾ ਹੈ, ਸਮਾ ਜਾਂਦੇ ਆ, ਭੇਦ ਹੋ ਜਾਂਦੇ ਹਨ। ਮਾਰੂ ਮਹੱਲਾ ਤੀਜਾ, ਨਿਹਚਲ ਏਕ ਸਦਾ ਸੱਚ ਸੋਈ, ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਕਹਿੰਦੇ ਵੀ ਨਿਹਚਲ ਏਕ ਅਚਲ ਰਹਿਣ ਵਾਲਾ ਦੇਖੋ ਅਕਾਲ ਪੁਰਖ ਹੀ ਹੈ, ਸਦਾ ਸੱਚ ਸੋਈ, ਤੇ ਸੋਈ ਦਾ ਭਾਵ ਉਹੀ ਪਰਮੇਸ਼ਰ ਸਦਾ ਸੱਚ ਸਰੂਪ ਹੈ, ਤਿੰਨੇ ਕਾਲਾਂ ਵਿੱਚ ਨਾਸ ਨਹੀਂ ਹੁੰਦਾ। ਪੂਰੇ ਗੁਰਤੇ ਸੋਝੀ ਹੋ, ਪਰ ਇਹ ਹਰ ਇੱਕ ਨੂੰ ਨਹੀਂ ਸਮਝ ਆਉਂਦੀ, ਜਿਹੜਾ ਪੂਰਨ ਗੁਰੂ ਨਾਨਕ ਦੇਵ ਮਹਾਰਾਜ ਦੀ ਸ਼ਰਨ ਵਿੱਚ ਆਇਆ ਉਹਨੂੰ ਹੀ ਗੁਰਾਂ ਤੋਂ ਇਹ ਸੋਝੀ ਗਿਆਤ ਹੋਈ ਹੈ ਜਾਂ ਹੁੰਦੀ ਹੈ। ਹਰ ਰਸ ਭੀਨੇ ਸਦਾ ਧਿਆਇਨ, ਧਿਆਇਨ ਜੋ ਹਰੀ ਪਰਮੇਸ਼ਰ ਦੇ ਰਸ ਕੀ ਹੈ ਪ੍ਰੇਮ ਵਿੱਚ ਭੀਨੇ ਭਿੱਜੇ ਹੋਏ ਨੇ ਨਾ, ਜਿਹਨਾਂ ਨੂੰ ਵਾਹਿਗੁਰੂ ਨਾਲ ਮੁਹੱਬਤ ਹੈ, ਸਦਾ ਧਿਆਏ ਨੂੰ ਹਮੇਸ਼ਾ ਹੀ ਦਿਲ ਦੀਆਂ ਗਹਿਰਾਈਆਂ ਜੋ ਵਾਹਿਗੁਰੂ ਨੂੰ ਧਿਆਉਂਦੇ ਆਰਾਧਦੇ ਰਹਿੰਦੇ ਹਨ। ਗੁਰਮਤ ਸੀਲ ਸੰਨਾਹਾ ਹੈ, ਉਹਨਾਂ ਨੂੰ ਗੁਰਾਂ ਦੀ ਮਤ ਸਿੱਖਿਆ ਦੁਆਰਾ ਸੀਲ ਨਿਮਰਤਾ ਵਾਲਾ ਸੁਭਾਅ, ਜਿਹੜਾ ਸੀਲ ਚੰਗਾ ਆਚਰਣ ਨਾ ਸੁਨਾਹਾ ਹੈ, ਸੁਨਾਹਾ ਕਹਿੰਦੇ ਨੇ ਸਜੋ ਸੰਜੋ ਨੂੰ। ਜੰਗ ਯੁੱਧ ਦੇ ਵਿੱਚ ਸੂਰਮੇ ਲੋਹੇ ਦਾ ਕੋਟ ਪਹਿਨਦੇ ਹੁੰਦੇ ਸਨ ਵੀ ਕਿਸੇ ਦੁਸ਼ਮਣ ਦਾ ਵਾਰ ਸਰੀਰ ਨੂੰ ਨਾ ਲੱਗੇ, ਅਤੇ ਇਵੇਂ ਹੀ ਉਹਨਾਂ ਗੁਰਮੁਖਾਂ ਨੇ ਸੰਜੋਅ ਪਹਿਨਿਆ ਹੋਇਆ ਗੁਰੂ ਦੀ ਮੱਤ ਦਾ, ਸੀਲ ਨਿਮਰਤਾ, ਸੀਲ ਚੰਗੇ ਆਚਰਣ ਦਾ, ਜਿਹਦੇ ਉੱਤੇ ਵਕਾਰਾਂ ਦੀ ਚੋਟ ਨਹੀਂ ਵੱਜਦੀ, ਭਾਵ ਵਕਾਰ ਹਾਵੀ ਨਹੀਂ ਹੋਣ ਦਿੰਦੇ ਗੁਰਮੁਖ। ਅੰਦਰ ਰੰਗ ਸਦਾ ਸਚਿਆ, ਜਿਹਨਾਂ ਦੇ ਅੰਦਰ ਵਾਹਿਗੁਰੂ ਦਾ ਰੰਗ ਪ੍ਰੇਮ ਹੈ ਨਾ ਨਾਮ ਜਪਣ ਦਾ ਚੜ੍ਹਿਆ, ਸਦਾ ਸਚਿਆਰਾ, ਉਹ ਸਦੀਵੀ ਸੱਚੇ ਜੀਵਨ ਵਾਲੇ ਹਨ। ਗੁਰ ਕੈ ਸ਼ਬਦ ਹਰ ਨਾਮ ਪਿਆਰਾ, ਉਹ ਗੁਰਾਂ ਦੇ ਸ਼ਬਦ ਉਪਦੇਸ਼ ਦੀ ਕਮਾਈ ਕਰਦੇ ਨੇ, ਬਾਣੀ ਪੜ੍ਹਦੇ ਨੇ ਤੇ ਬਾਣੀ ਪੜ੍ਹਦਿਆਂ ਹਰ ਨਾਮ ਪਿਆਰਾ ਉਹਨਾਂ ਨੂੰ, ਤੇ ਹਰੀ ਪਰਮੇਸ਼ਰ ਦਾ ਨਾਮ ਜਪਣਾ ਹੀ ਪਿਆਰਾ ਚੰਗਾ ਲੱਗਦਾ ਹੈ। ਵਾਰ ਵਾਰ ਨਾਮ ਦੀ ਗੱਲ ਆ ਰਹੀ, ਉਹ ਇੱਥੇ ਹੁਣ ਕੀ ਕਰਨਗੇ ਜਿਹੜੇ ਕਹਿੰਦੇ ਵੀ ਨਾਮ ਨਹੀਂ ਜਪਣਾ ਚਾਹੀਦਾ। ਗੁਰੂ ਸਾਹਿਬ ਕਹਿੰਦੇ ਜਿਹੜੇ ਗੁਰਬਾਣੀ ਪੜ੍ਹਦੇ ਨੇ ਉਹਨਾਂ ਨੂੰ ਨਾਮ ਜਪਣਾ ਹੀ ਪਿਆਰਾ ਲੱਗਦਾ ਹੈ, ਨਾਮ ਹੀ ਚੰਗਾ ਲੱਗਦਾ ਹਰੀ ਦਾ। ਨੌ ਨਿਧ ਨਾਮ ਵਸਿਆ ਘਟ ਅੰਤਰ, ਨੌ ਨਿਧੀਆਂ ਦੇ ਸੁੱਖ ਦੇਣ ਵਾਲਾ ਜੋ ਨਾਮ ਹੈ ਪਰਮੇਸ਼ਰ ਦਾ, ਜਾਂ ਨੌ ਨਿਧ ਕੀ ਹੈ ਵੀ ਨੌ ਗੋਲਕ ਇੰਦਰੀਆਂ ਦਾ ਜਿਹੜਾ ਆਸਰਾ ਰੂਪ ਹੈ ਪਰਮੇਸ਼ਰ ਦਾ ਨਾਮ, ਵਸਿਆ ਘਟ ਅੰਤਰ
ਉਹਦੇ ਘੱਟ ਹਿਰਦੇ ਦੇ ਅੰਦਰ ਵਸ ਗਿਆ ਏ ਪਾਪ ਕੇ ਨਾਮ ਬਿਨਾ ਰਿਹਾ ਨਹੀਂ ਜਾ ਸਕਦਾ। ਛੋਟਿਆ ਮਾਇਆ ਕਾ ਲਾਹਾ ਹੈ, ਉਹਨਾਂ ਗੁਰਮੁਖਾਂ ਨੇ ਮਾਇਆ ਦਾ ਜਿਹੜਾ ਲਾਹਾ ਹੈ ਨਾ, ਲਾਭ ਖੱਟਣਾ, ਉਹ ਵੀ ਛੋਟਿਆ ਛੱਡ ਦਿੱਤਾ ਹੈ। ਮਾਇਆ ਦਾ ਲਾਭ ਤੋਂ ਭਾਵ ਇਹ ਹੈ ਵੀ ਨਿਰਸਵਾਰਥ ਹੋ ਕੇ ਕੋਈ ਬੰਦਾ ਜਿਹੜਾ ਕੰਮ ਕਰੇ ਹੀ ਨਾ ਕੋਈ। ਆ ਕਿਤੇ ਲਿਖਿਆ ਵੇਖਿਆ ਵੀ ਕੋਈ ਕਹਿੰਦਾ ਵੀ ਜੇ ਤੇ ਕਿਤੇ ਕਿਸੇ ਦੇ ਘਰ ਦਾ ਰਾਹ ਪੁੱਛਣਾ ਤੇ 5 ਰੁਪਈਏ, ਤੇ ਜੇ ਘਰੇ ਪਹੁੰਚਾਉਣਾ ਇਹ ਐਡਰੈਸ ਦੇ ਉੱਤੇ ਫਿਰ 10 ਲਵਾਂਗਾ। ਇਹ ਭਾਵ ਹੋ ਗਈ ਵੀ ਕੋਈ ਵੀ ਗੱਲ ਹੈ ਨਾ, ਸਿਰਫ ਉੱਥੇ ਮਾਇਆ ਵੇਖਣੀ ਵੀ ਮੈਨੂੰ ਕੀ ਫਾਇਦਾ ਹੋਊਗਾ। ਭਾਵੇਂ ਉਹ ਕਥਾ ਕੀਰਤਨ ਕਰੀਏ, ਭਾਵੇਂ ਕੋਈ ਦੁਨੀਆ ਦਾ ਧੰਦਾ ਕਰੀਏ, ਤੇ ਜਦੋਂ ਪਹਿਲਾਂ ਮਨ 'ਚ ਆਉਣਾ ਨਾ ਵੀ ਮੈਨੂੰ ਕੀ ਫਾਇਦਾ ਹੋਊਗਾ, ਇਹ ਸਮਝੋ ਵੀ ਅਸੀਂ ਮਾਇਆ ਦੇ ਲਾਭ ਹੀ ਖੱਟਣ ਤੀਕਰ ਸੀਮਤ ਹਾਂ। ਪਰ ਗੁਰਮੁਖ ਵੇਖਦੇ ਨੇ ਵੀ ਕਿਸੇ ਦਾ ਪਰਉਪਕਾਰ ਹੋਵੇ, ਭਲਾ ਹੋਵੇ, ਕਿਸੇ ਦਾ ਜੀਵਨ ਸਫਲ ਹੋ ਜਾਵੇ। ਸੰਤ ਮਹਾਂਪੁਰਖ ਨਾਮ ਦ੍ਰਿੜ ਕਰਾਉਂਦੇ ਨੇ, ਜਿਹੜੇ ਸਵਾਸ ਸਵਾਸ ਨਾਮ ਜਪਣ ਵਾਲੇ। ਗੁਰੂ ਨਾਨਕ ਦੇਵ ਮਹਾਰਾਜ ਨੇ ਸਾਧ ਸੰਗਤ ਚਾਰ ਹੀ ਚੱਕ ਜਿਹੜੇ ਹਨ ਯਾਤਰਾ ਕੀਤੀ, ਸਤਿਗੁਰਾਂ ਇਹ ਥੋੜ੍ਹਾ ਵੇਖਿਆ ਵੀ ਸਾਨੂੰ ਕੀ ਲਾਭ ਹੋਏਗਾ, ਸਾਡੇ ਲਾਭ ਵਾਸਤੇ ਹੀ ਵਿਚਰੇ ਨੇ। ਸੋ ਇਸ ਕਰਕੇ ਕਹਿਣ ਤੋਂ ਭਾਵ ਹੈ ਉਹਨਾਂ ਨੇ ਮਾਇਆ ਦਾ ਲਾਭ ਖੱਟਣਾ ਛੱਡ ਦਿੱਤਾ ਹੈ। ਕਿਰਤ ਕਰਦੇ ਨੇ, ਜੋ ਮਿਲ ਗਿਆ ਉਹ ਵੀ ਠੀਕ ਹੈ, ਜੇ ਨਿਸ਼ਕਾਮ ਵੀ ਸੇਵਾ ਕਰਨੀ ਪਵੇ ਉਹ ਵੀ ਖੁਸ਼ ਰਹਿੰਦੇ ਹਨ। ਰਈਅਤ ਰਾਜੇ ਦੁਰਮਤ ਦੋਈ, ਰਈਅਤ ਕਹਿੰਦੇ ਨੇ ਪਰਜਾ ਨੂੰ, ਤੇ ਜਿਹੜੇ ਰਾਜੇ ਪਰਜਾ ਦੇ ਉੱਤੇ ਬੈਠੇ ਹੋਏ ਹਨ। ਦੁਰਮਤ ਦੋਈ, ਇਹ ਦੁਰਮਤ ਖੋਟੀ ਮਤ ਕਰਕੇ ਦੋਈ ਦੁਈ ਦਵੈਤ ਈਰਖਾ ਦੇ ਵਿੱਚ ਫਸੇ ਲੱਗੇ ਹੋਏ ਹਨ। ਜਾਂ ਰਈਅਤ ਕੀ ਹੈ, ਜਿਹੜੇ ਸਾਡੇ ਇੰਦਰੇ ਨੇ ਇਹ ਰਈਅਤ ਰੂਪ ਪਰਜਾ ਹੈ, ਤੇ ਰਾਜੇ ਤੋਂ ਭਾਵ ਹੈ ਮਨ। ਇਹ ਮਹਾਰਾਜ ਕਹਿੰਦੇ ਖੋਟੀ ਮਤ ਕਰਕੇ ਸਾਡੇ ਇੰਦਰੇ ਵੀ ਤੇ ਮਨ ਰੂਪੀ ਰਾਜਾ ਵੀ ਇਹ ਦਵੈਤ ਵਿੱਚ ਲੱਗਿਆ ਹੋਇਆ ਏ। ਮਿਨ ਸਤਿਗੁਰ ਸੇਵੇ ਏਕ ਨਾ ਹੋਈ, ਸਤਿਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕੀਤੇ ਤੋਂ ਬਗੈਰ ਏਕ ਨਾ ਹੋਈ, ਏਕਤਾ ਦੀ ਪ੍ਰਾਪਤੀ ਨਹੀਂ ਹੋ ਸਕਦੀ, ਭਾਵ ਕਿ ਅਦਵੈਤ ਸਰੂਪ ਪਰਮੇਸ਼ਰ ਦੇ ਵਿੱਚ ਨਿਵਾਸ ਨਹੀਂ ਹੁੰਦਾ। ਏਕ ਧਿਆਇਨ ਸਦਾ ਸੁਖ ਪਾਇਆ, ਜਿਹੜੇ ਇੱਕ ਅਦਵੈਤ ਸਰੂਪ ਪਰਮੇਸ਼ਰ ਨੂੰ ਆਉਂਦੇ ਹਨ ਉਹਨਾਂ ਨੇ ਸਦਾ ਹੀ ਰਹਿਣ ਵਾਲਾ ਆਤਮਕ ਸੁਖ ਪਾ ਲਿਆ ਏ। ਰਾਜ ਤਿਨਾਹਾ ਤੋਂ ਭਾਵ ਉਹਨਾਂ ਦਾ ਨਿਹਚਲ ਰਾਜ, ਸੰਸਾਰ ਵਿੱਚ ਅਚਲ ਰਾਜ ਹੈ ਜਾਂ ਅਚਲ ਰਾਜ ਨਾਲ ਪ੍ਰਕਾਸ਼ ਦਾ ਵੀ ਹੈ ਵੀ ਸਦਾ ਰਹਿਣ ਵਾਲਾ, ਉਹਨਾਂ ਨੂੰ ਜਗਤ ਵਿੱਚ ਪ੍ਰਕਾਸ਼ ਹੋ ਗਿਆ, ਸੋਝੀ ਆਈ ਹੈ। ਆਵਣ ਜਾਣਾ ਰੱਖੇ ਨਾ ਕੋਈ, ਸੰਸਾਰ ਦੇ ਵਿੱਚ ਸਾਧ ਸੰਗਤ ਆਉਣਾ ਤੇ ਜਾਣਾ ਇਹ ਜੀਵਾਂ ਦਾ ਜਿਹੜਾ ਹੈ ਨਾ ਆਉਣ ਜਾਣ ਜੰਮਣ ਮਰਨ, ਗੁਰੂ ਸਾਹਿਬ ਪਰਮੇਸ਼ਰ ਤੋਂ ਬਗੈਰ ਆਉਣ ਜਾਣ ਦੇ ਚੱਕਰ ਤੋਂ ਕੋਈ ਰੱਖ ਨਹੀਂ ਸਕਦਾ। ਜੰਮਣ ਮਰਨ ਤਿਸੈ ਤੇ ਹੋਈ, ਕਿਉਂਕਿ ਇਹ ਜੰਮਣਾ ਵਾਰ ਵਾਰ ਤੇ ਮਰਨਾ ਇਹ ਉਸ ਪਰਮੇਸ਼ਰ ਦੇ ਹੁਕਮ ਤੋਂ ਹੀ ਹੁੰਦਾ ਏ। ਗੁਰਮੁਖ ਸਾਚਾ ਸਦਾ ਧਿਆਵੋ, ਜਿਹੜੇ ਗੁਰਮੁਖ ਜਨ ਨੇ ਨਾ, ਗੁਰਮੁਖ ਸਾਚਾ ਸਦਾ ਧਿਆਵੋ, ਭਾਈ ਗੁਰਮੁਖ ਬਣ ਕੇ ਮੁਖੀ ਗੁਰਾਂ ਦੁਆਰਾ, ਇਸ ਕਰਕੇ ਹਮੇਸ਼ਾ ਹੀ ਸਦਾ ਹੀ ਸੱਚੇ ਪਰਮੇਸ਼ਰ ਨੂੰ ਧਿਆਉਣਾ ਕਰੋ ਜਿਹਦਾ ਹੁਕਮ ਚੱਲ ਰਿਹਾ ਹੈ। ਗਤ ਮੁਕਤ ਤਿਸੈ ਤੇ ਪਾਹਾ ਹੈ, ਤਿਸੈ ਉਸੇ ਪਰਮੇਸ਼ਰ ਤੋਂ ਹੀ ਮੁਕਤੀ ਦੀ ਗਤ ਪ੍ਰਾਪਤੀ ਤੇ ਫਿਰ ਪਾਹਾ ਪਾਉਣਾ ਕਰੀਦੀ, ਜਾਂ ਗਤ ਉੱਚੀ ਅਵਸਥਾ ਨੂੰ ਵੀ ਕਹਿੰਦੇ ਨੇ। ਵੀ ਗਤ ਕੀ ਹੈ, ਵੀ ਉੱਚੀ ਅਵਸਥਾ ਤਿੰਨਾਂ ਗੁਣਾਂ ਤੋਂ ਉੱਪਰ ਦੀ ਅਵਸਥਾ, ਤੇ ਮੁਕਤੀ ਜੰਮਣ ਮਰਨ ਤੋਂ,
ਇਹ ਉਸ ਪਰਮੇਸ਼ੁਰ ਤੋਂ ਹੀ ਪਾਹਾ ਹੈ ਪੌਣਾ ਕਰੀ ਦੀ ਹੈ। ਸੱਚ ਸੰਜਮ ਸਤਿਗੁਰੂ ਦੁਆਰੈ, ਸੱਚ ਬੋਲਣਾ ਸੰਜਮ ਇੰਦਰਿਆਂ ਦੇ ਕਾਬੂ ਰੱਖਣ ਦੀ ਜਿਹੜੀ ਸ਼ਕਤੀ ਹੈ ਸਤਿਗੁਰੂ ਦੁਆਰੇ, ਸਤਿਗੁਰੂ ਸਾਹਿਬ ਦੇ ਸਾਧ ਸੰਗਤ ਰੂਪੀ ਦਰ ਤੋਂ ਹੀ ਪ੍ਰਾਪਤ ਹੁੰਦੀ। ਭਾਵ ਸੰਗਤ ਕਰਦੇ ਰਹੀਏ ਤਾਂ ਫਿਰ ਬੰਦਾ ਸੱਚ ਬੋਲਦਾ ਹੈ ਤੇ ਇੰਦਰਿਆਂ ਦੇ ਉੱਤੇ ਕਾਬੂ ਰੱਖਦਾ ਹੈ, ਮਹਾਰਾਜ ਦੀ ਬਾਣੀ ਦਾ ਅਸਰ ਹੋਵੇ। ਜਦ ਹਉਮੈ ਕ੍ਰੋਧ ਸ਼ਬਦ ਨਿਵਾਰੈ, ਤੇ ਫਿਰ ਹਉਮੈ ਜੋ ਹੰਗਤਾ ਦੇ ਮਮਤਾ ਹੈ ਵੀ ਮੈਂ ਮੇਰੀ, ਤੇ ਕ੍ਰੋਧ ਗੁੱਸੇ ਵਾਲਾ ਸੁਭਾਅ ਸ਼ਬਦ ਨਿਵਾਰੈ, ਇਹ ਗੁਰਾਂ ਦੇ ਉਪਦੇਸ਼ ਦੇ ਨਾਲ ਨਿਵਰਤ ਕਰਦਾ ਹੈ ਸਤ ਸੰਗਤ ਕਰਦਾ ਹੋਇਆ। ਸਤਿਗੁਰ ਸੇਵ ਸਦਾ ਸੁਖ ਪਾਈ, ਸਤਿਗੁਰੂ ਸਾਹਿਬ ਜੀ ਦੀ ਸੇਵਾ ਟਹਿਲ ਕਰਕੇ ਸਾਧ ਸੰਗਤ ਸਦਾ ਰਹਿਣ ਵਾਲਾ ਸੁਖ ਪਾ ਲਈਦਾ ਹੈ। ਸੀਲ ਸੰਤੋਖ ਸਭ ਤਾਹੇ, ਅਦੇ ਤਾਹਾ ਹੇ ਦਾ ਇਸ਼ਾਰਾ ਵੀ ਤਾਹਾ ਹੈ ਤੇ ਇਸ ਸੇਵਾ ਸਿਮਰਨ ਵਿੱਚ ਹੀ ਸੀਲ ਨਿਮਰਤਾ ਚੰਗਾ ਆਚਰਨ ਤੇ ਸੰਤੋਖ ਆਦਿਕ ਸਾਰੇ ਗੁਣ ਹਨ ਜੋ ਗੁਰੂ ਦੇ ਦਰ ਤੋਂ ਪ੍ਰਾਪਤ ਹੁੰਦੇ ਸੇਵਾ ਕਰਕੇ। ਹਉਮੈ ਮੋਹ ਉਪਜੈ ਸੰਸਾਰਾ, ਪਾਤਸ਼ਾਹ ਜੀ ਕਹਿੰਦੇ ਵੀ ਹਉਮੈ ਮੋਹ ਉਪਜੈ ਸੰਸਾਰਾ ਵੀ ਸਾਰੇ ਜਗਤ ਦੇ ਜੀਵਾਂ ਦੇ ਅੰਦਰ ਹਉਮੈ ਤੇ ਸਰੀਰਾਂ ਦਾ ਪਦਾਰਥਾਂ ਦਾ ਮੋਹ ਹੀ ਪੈਦਾ ਹੋ ਰਿਹਾ ਗੁਰਾਂ ਤੋਂ ਬੇਮੁਖ ਹੋਣੇ ਕਰਕੇ। ਸਭ ਜਗ ਬਿਨਸੈ ਨਾਮ ਵਿਸਾਰ, ਇਸ ਹਉਮੈ ਦੇ ਮੋਹ ਦੇ ਕਾਰਨ ਪਰਮੇਸ਼ਰ ਦੇ ਨਾਮ ਨੂੰ ਭੁਲਾਇਆ ਏ ਤੇ ਨਾਮ ਦੇ ਭੁੱਲਣੇ ਕਰਕੇ ਸਾਰਾ ਹੀ ਜਗਤ ਬਿਨਸੇ ਨਾਸ ਹੋ ਰਿਹਾ ਏ, ਦੁਖੀ ਹੁੰਦਾ ਏ, ਜੰਮਦੇ ਮਰਦੇ ਰਹਿੰਦੇ ਨੇ, ਕਲਪਦੇ ਰਹਿੰਦੇ ਹਨ, ਕੀਰਨੇ ਪਾਉਂਦੇ ਹਨ, ਕੋਈ ਨੀ ਕਹਿੰਦਾ ਮੈਨੂੰ ਸੁਖ ਮਿਲਿਆ ਹੈ। ਬਿਨ ਸਤਿਗੁਰ ਸੇਵੇ ਨਾਮ ਨਾ ਪਾਈਐ, ਇਹ ਭਾਈ ਸਤਿਗੁਰੂ ਨਾਨਕ ਦੇਵ ਮਹਾਰਾਜ ਦੀ ਸੇਵਾ ਕੀਤੇ ਤੋਂ ਬਗੈਰ ਪਰਮੇਸ਼ੁਰ ਦਾ ਨਾਮ ਨਹੀਂ ਪਾ ਸਕੀਦਾ। ਗੁਰਬਾਣੀ 'ਚ ਜਿੱਥੇ ਵੀ ਸਤਿਗੁਰੂ ਆਵੇ ਉਹ ਗੁਰੂ ਨਾਨਕ ਸਾਹਿਬ ਲਈ ਹੀ ਜਾਣਨਾ। ਨਾਮ ਸੱਚਾ ਜਗ ਲਾਹੇ, ਪਰਮੇਸ਼ੁਰ ਦਾ ਨਾਮ ਹੀ ਜਗਤ ਦੇ ਵਿੱਚ ਸੱਚਾ ਲਾਭ ਹੈ। ਜਿਹੜਾ ਨਾਮ ਜਪਣਾ ਇਹਦੇ ਵਰਗਾ ਪ੍ਰੋਫਿਟ ਕੋਈ ਨਹੀਂ ਹੈ। ਸੱਚਾ ਅਮਰ ਸ਼ਬਦ ਸੁਹਾਇਆ, ਸੱਚਾ ਅਮਰ ਸ਼ਬਦ ਸੁਹਾਇਆ, ਜੋ ਗੁਰਾਂ ਦਾ ਸੱਚਾ ਅਮਰ ਨਾਮ ਹੈ ਹੁਕਮ ਦਾ, ਵੀ ਜੋ ਸੱਚਾ ਹੁਕਮ ਮੰਨ ਕੇ ਨਾ ਸ਼ਬਦ ਉਪਦੇਸ਼ ਨੂੰ ਕਮਾਉਂਦਾ ਹੈ, ਸੁਹਾਇਆ ਉਹ ਸੋਭਨੀਕ ਜੀਵਨ ਵਾਲਾ ਹੋ ਜਾਂਦਾ ਹੈ ਗੁਰਸਿੱਖ। ਪੰਚ ਸ਼ਬਦ ਮਿਲ ਬਾਜਾ ਬਾਇਆ, ਪੰਚ ਸ਼ਬਦ ਮਿਲ, ਪੰਚ ਕੀ ਹੈ ਸ੍ਰੇਸ਼ਟ ਗੁਰਾਂ ਦੇ ਸ਼ਬਦ ਉਪਦੇਸ਼ ਦੇ ਨਾਲ ਮਿਲ ਕੇ ਜੁੜ ਕੇ ਵਾਜਾ ਵਾਇਆ, ਉਹਨੇ ਸਤਨਾਮ ਰੂਪੀ ਵਾਜਾ ਵਜਾਉਣਾ ਕੀਤਾ ਭਾਵ ਕੇ ਪ੍ਰਗਟ ਕੀਤਾ ਹੈ। ਜਾਂ ਪੰਚ ਸ਼ਬਦ ਮਿਲ, ਪੰਜੇ ਸਾਜਾਂ ਦੇ ਜਿਹੜੇ ਮਿਲਵੇਂ ਸ਼ਬਦ ਹਨ ਉਹਦੇ ਅੰਦਰ ਮਹਾਰਾਜ ਕਹਿੰਦੇ ਵੱਜਦੇ ਨੇ, ਤੇ ਮਾਨੋ ਵੀ ਉਹਦੇ ਵਿੱਚੋਂ ਆਨੰਦ ਪ੍ਰਗਟ ਹੋ ਰਿਹਾ ਭਾਵ ਕਿ ਸਰੀਰ ਦੇ ਵਿੱਚੋਂ ਜੋਗੀਆਂ ਵਾਲੇ ਪੰਜ ਸ਼ਬਦ ਹੋਰ ਨੇ, ਇਹ ਆਤਮਕ ਮੰਡਲ ਦੇ ਜਿਹੜੇ ਵਾਜੇ ਵੱਜਦੇ ਸੁਣਦੇ ਨੇ, ਰੋਮ ਰੋਮ ਵਿੱਚੋਂ ਵਾਹਿਗੁਰੂ ਦਾ ਸਿਮਰਨ ਹੁੰਦਾ ਸੁਣਾਈ ਦਿੰਦਾ ਹੈ, ਇਸ ਤਰ੍ਹਾਂ ਆਨੰਦ ਪ੍ਰਾਪਤ ਹੁੰਦਾ ਹੈ ਉਹਨਾਂ ਗੁਰਮੁਖਾਂ ਨੂੰ। ਸਦਾ ਕਾਰਜ ਸੱਚ ਨਾਮ ਸੁਹੇਲਾ, ਸਦਾ ਕਾਰਜ ਸੱਚ ਨਾਮ ਸੁਹੇਲਾ, 10:158 ਅੰਗ ਤੇ ਮਹਾਰਾਜ ਕਹਿੰਦੇ ਵੀ ਸੱਚੇ ਨਾਮ ਨੂੰ ਜਪਣੇ ਕਰਕੇ ਉਹਨਾਂ ਗੁਰਮੁਖਾਂ ਦਾ ਮੁਕਤੀ ਰੂਪੀ ਕਾਰਜ ਸਦਾ ਹੀ ਸੁਹੇਲਾ ਸੁਖਦਾਇਕ ਹੋਇਆ, ਸੌਖਾ ਹੀ ਕਾਰਜ ਸਿਰੇ ਚੜ ਗਿਆ ਭਾਵ ਜੀਵਨ ਸਫਲ ਹੋ ਗਿਆ ਨਾਮ ਜਪਣ ਕਰਕੇ। ਬਿਨ ਸ਼ਬਦ ਕਾਰਜ ਕਿਹਾ, ਨਹੀਂ ਤਾਂ ਗੁਰਾਂ ਦੇ ਉਪਦੇਸ਼ ਕਮਾਏ ਤੋਂ ਬਿਨਾਂ ਵਾਹਿਗੁਰੂ ਦਾ ਨਾਮ ਜਪੇ ਤੋਂ ਬਗੈਰ ਬਿਨ ਸ਼ਬਦ ਕਾਰਜ ਕਿਹਾ ਹੈ, ਕਿਹਾ ਕਾਹਦਾ ਕਾਰਜ ਹੈ ਭਾਵ ਕੋਈ ਕਾਰਜ ਸਫਲ ਨਹੀਂ ਹੁੰਦਾ, ਜੀਵਨ ਦੇ ਵਿੱਚ ਕੋਈ ਸਫਲਤਾ ਨਹੀਂ ਮਿਲਦੀ, ਕੋਈ ਕਾਰਜ ਸਿਰੇ ਨਹੀਂ ਚੜਦਾ। ਖਿਨਮੈ ਹੱਸੈ ਖਿਨਮਹਿ ਰੋਵੈ, ਗੁਰ ਸ਼ਬਦ ਤੋਂ ਹੀਣਾ ਨਾਮ ਹੀਣਾ ਪੁਰਖ ਖਿਨਮਹਿ ਹੱਸੈ, ਥੋੜ੍ਹੀ ਜਿਹੀ ਕੋਈ
ਖੁਸ਼ੀ ਆਵੇ ਪਦਾਰਥ ਆਉਣ ਤੋਂ ਇਹ ਹੱਸਣ ਲੱਗ ਪੈਂਦਾ ਇੱਕ ਛਿਨ ਦੇ ਵਿੱਚ ਹੀ ਵੀ ਮੈਨੂੰ ਲਾਭ ਹੋਇਆ। ਥੋੜ੍ਹਾ ਜਿਹਾ ਕੋਈ ਨੁਕਸਾਨ ਹੋਵੇ ਖਿਣ ਮਹਿ ਰੋਵੇ ਇੱਕ ਖਿਣ ਦੇ ਵਿੱਚ ਹੀ ਪਦਾਰਥ ਨਾਸ਼ ਹੋਣ ਤੋਂ ਰੋਣ ਲੱਗ ਪੈਂਦਾ ਹੈ ਵੀ ਮੇਰਾ ਕਾਰਜ ਵਿਗੜ ਗਿਆ। ਦੂਜੀ ਦੁਰਮਤ ਕਾਰਜ ਨਾ ਹੋਵੇ, ਦੂਜੀ ਤੋਂ ਭਾਵ ਹੈ ਵੀ ਇੱਕ ਇਹ ਤੋਂ ਅੱਗੇ ਵੀ ਕੁਝ ਹੈ ਅਵਲ, ਅਵਲ ਕੀ ਹੈ ਗੁਰਮਤ, ਅਤੇ ਦੂਜੀ ਕੀ ਹੈ ਦੁਰਮਤ। ਦੂਜੀ ਦੂਸਰੀ ਜਿਹੜੀ ਦੁਰਮਤ ਹੈ ਨਾ ਖੋਟੀ ਮਤ, ਇਹਦੇ ਵਿੱਚ ਲੱਗਣ ਕਰਕੇ ਕਾਰਜ ਨਾ ਹੋਵੇ, ਇਸ ਜੀਵ ਦਾ ਮੁਕਤੀ ਰੂਪੀ ਕਾਰਜ ਜਿਹੜਾ ਹੈ ਉਹ ਸਫਲ ਨਹੀਂ ਹੁੰਦਾ। ਭਾਵ ਮੋਹ ਮਾਇਆ ਮਮਤਾ ਤੋਂ ਛੁਟਕਾਰਾ ਨਹੀਂ ਹੁੰਦਾ, ਜੀਵਨ ਸਫਲ ਨਹੀਂ ਹੁੰਦਾ ਨਾਮ ਤੋਂ ਬਗੈਰ। ਸੰਯੋਗ ਵਿਯੋਗ ਕਰਤਾ ਲਿਖ ਪਾਏ, ਪਦਾਰਥਾਂ ਦਾ ਜਿਹੜਾ ਸੰਯੋਗ ਮਿਲਾਪ ਹੋਣਾ ਹੈ ਅਤੇ ਵਿਯੋਗ ਜਿਹੜਾ ਪਦਾਰਥਾਂ ਦਾ ਵਿਛੜਨਾ ਹੈ, ਇਹ ਕਰਮ ਕਰਤਾ ਲਿਖ ਪਾਏ, ਕਰਤਾਰ ਅਕਾਲ ਪੁਰਖ ਨੇ ਆਪ ਹੀ ਲਿਖ ਕੇ ਪਾਉਣਾ ਕੀਤੇ ਜੀਵਾਂ ਦੇ ਮੱਥੇ ਤੇ। ਕਿਰਤ ਨਾ ਚੱਲੇ ਚਲਾਹਾ ਹੈ, ਇਹ ਜਿਹੜਾ ਕਿਰਤ ਕਰਮ ਹੈ ਨਾ ਪਿੱਛੇ ਹੀ ਪਰਮੇਸ਼ਰ ਨੇ ਪਾਇਆ, ਨਾ ਚੱਲੇ ਚਲਾਹਾ, ਇਹ ਕਿਸੇ ਦਾ ਚਲਾਇਆ ਹੋਇਆ ਚੱਲਦਾ ਨਹੀਂ, ਭਾਵ ਕਿ ਮੇਟਿਆ ਨਹੀਂ ਜਾਂਦਾ ਕਿਸੇ ਦਾ। ਜੀਵਨ ਮੁਕਤ ਗੁਰ ਸ਼ਬਦ ਕਮਾਏ, ਮਹਾਰਾਜ ਕਹਿੰਦੇ ਜੋ ਜੀਵਨ ਮੁਕਤ ਜਿਉਂਦੇ ਹੀ ਮੁਕਤੀ ਦੀ ਇੱਛਾ ਰੱਖਦੇ ਨੇ ਨਾ ਗੁਰ ਸ਼ਬਦ ਕਮਾਏ, ਉਹ ਗੁਰਾਂ ਦੇ ਸ਼ਬਦ ਨੂੰ ਕਮਾਉਂਦੇ ਰਹਿੰਦੇ ਨੇ, ਜਾਂ ਗੁਰਾਂ ਦੇ ਸ਼ਬਦ ਨੂੰ ਕਮਾਉਂਦੇ ਨੇ ਉਹ ਜਿਉਂਦੇ ਹੀ ਮੁਕਤ ਹੋ ਜਾਂਦੇ ਹਨ। ਹਰਿ ਸਿਉ ਸਦ ਹੀ ਰਹਿ ਸਮਾਏ, ਉਹ ਸਦਾ ਹੀ ਹਰੀ ਪਰਮੇਸ਼ਰ ਨਾਲ ਲਿਵ ਬਿਰਤੀ ਲਾ ਕੇ ਅਭੇਦ ਹੋਏ ਸਮਾਏ ਹੋਏ ਰਹਿੰਦੇ ਹਨ ਨਾਮ ਜਪਣ ਵਾਲੇ। ਗੁਰ ਕਿਰਪਾ ਤੇ ਮਿਲੇ ਵਡਿਆਈ, ਜਿਨ੍ਹਾਂ ਨੂੰ ਗੁਰੂ ਸਾਹਿਬ ਦੀ ਕਿਰਪਾ ਮਿਹਰ ਤੋਂ ਨਾਮ ਜਪਣ ਦੀ ਵਡਿਆਈ ਮਿਲਦੀ ਹੈ। ਹਉਮੈ ਰੋਗ ਨਾ ਤਾਹਾ ਹੈ, ਤਾਹਾ ਦੋ ਪਾਵ, ਉਹਨਾਂ ਨੂੰ ਹਉਮੈ ਹੰਕਤਾ ਮਮਤਾ ਦਾ ਰੋਗ ਬਿਮਾਰੀ ਨਹੀਂ ਲੱਗਦੀ। ਰਸ ਕਸ ਖਾਏ ਪਿੰਡ ਵਧਾਏ, ਜਿਹੜੇ ਜੀਵਾਂ ਨੇ ਬਹੁਤੇ ਰਸਾਂ ਕਸਾਂ ਨੂੰ ਖਾ ਕੇ ਤੇ ਆਪਣੇ ਪਿੰਡ ਸਰੀਰ ਨੂੰ ਹੀ ਵਧਾ ਛੱਡਿਆ ਨਾ, ਭਾਵ ਕੇ ਸਰੀਰ ਹੀ ਮੋਟਾ ਕਰ ਛੱਡਿਆ। ਭੇਖ ਕਰੇ ਗੁਰ ਸ਼ਬਦ ਨਾ ਕਮਾਏ, ਉਹ ਉਪਰੋਂ ਦਾ ਧਾਰਮਿਕ ਧਰਮ ਦੇ ਭੇਖ ਲਿਬਾਸ ਵੀ ਪਹਿਨਣਾ ਕਰਦੇ ਨੇ ਪਰ ਗੁਰੂਆਂ ਦੇ ਸ਼ਬਦ ਦੀ ਕਮਾਈ ਨਹੀਂ ਕਰਦੇ, ਮਹਾਰਾਜ ਦੀ ਬਾਣੀ ਨੂੰ ਮੰਨਦੇ ਨਹੀਂ ਹਨ। ਅੰਤਰ ਰੋਗ ਮਹਾਂ ਦੁੱਖ ਭਾਰੀ, ਉਹਨਾਂ ਮਨਮੁੱਖਾਂ ਦੇ ਅੰਦਰ ਹਉਮੈ ਦਾ ਅਗਿਆਨਤਾ ਦਾ ਰੋਗ ਲੱਗਾ ਹੋਇਆ ਹੈ, ਮਹਾਂ ਦੁੱਖ ਭਾਰੀ ਤੇ ਭਾਰੀ ਜਿਹੜਾ ਵੱਡਾ ਜੰਮਣ ਮਰਨ ਦਾ ਦੁੱਖ ਉਹਨਾਂ ਨੂੰ ਚੰਬੜਿਆ ਰਹਿੰਦਾ ਏ। ਵਿਸ਼ਟਾ ਮਹੇ ਸਮਾਹਾ ਹੈ, ਉਹ ਅੰਤ ਨੂੰ ਗੰਦਗੀ ਦੇ ਕੀੜੇ ਵਾਂਗ ਵਿਸ਼ਟਾ ਦੇ ਵਿੱਚ ਗੰਦਗੀ ਦੇ ਵਿੱਚ ਹੀ ਸਮਾਉਂਦੇ ਹਨ, ਵਿਕਾਰ ਹੀ ਭੋਗਦੇ ਨੇ। ਵੇਦ ਪੜ੍ਹੈ ਪੜਵਾਦ ਵਖਾਣੈ, ਜਿਹੜੇ ਪੰਡਿਤ ਲੋਕ ਨੇ ਵੇਦਾਂ ਨੂੰ ਤਾਂ ਪੜ੍ਹਦੇ ਨੇ ਪਰ ਪੜ੍ਹ ਕੇ ਵਾਦ ਝਗੜੇ ਦੀਆਂ ਗੱਲਾਂ ਦਾ ਕਥਨ ਕਰਦੇ ਹਨ। ਘਟ ਮੈਂ ਬ੍ਰਹਮ ਤਿਸ ਸ਼ਬਦ ਨਾ, ਜੋ ਘੱਟ ਹਿਰਦੇ ਚ ਵਿਆਪਕ ਬ੍ਰਹਮ ਪਰਮੇਸ਼ਰ ਹੈ, ਗੁਰਾਂ ਦੇ ਸ਼ਬਦ ਦੁਆਰਾ ਉਸ ਨੂੰ ਨਹੀਂ ਪਛਾਣਦੇ ਵੀ ਮਾਲਕ ਅੰਦਰ ਹੀ ਬੈਠਾ ਹੈ। ਗੁਰਮੁਖ ਹੋਵੇ ਸੋ ਤਤ ਬਿਲੋ, ਜਿਹੜੇ ਗੁਰਮੁਖ ਗੁਰੂ ਦੇ ਅਨੁਸਾਰੀ ਸਿੱਖ ਹੁੰਦੇ ਨੇ ਉਹ ਗੁਰਾਂ ਦੁਆਰਾ ਜਿਹੜਾ ਤਤ ਸਿਧਾਂਤ ਰੂਪ ਅਸਲੀ ਸਰੂਪ ਪਰਮੇਸ਼ਰ ਹੈ ਉਹਨੂੰ ਅੰਦਰੋਂ ਬਿਲੋਵੇ ਰਿੜਕਦੇ ਹਨ, ਭਾਵ ਵਿਚਾਰਦੇ ਹਨ ਕਿ ਮਾਲਕ ਤਾਂ ਅੰਦਰ ਹੀ ਹੈ। ਰਸਨਾ ਹਰ ਰਸ ਤਾਹਾ ਹੈ, ਤਾਹਾ ਉਹਨਾਂ ਦੀ ਰਸਨਾ ਜੀਭਾ ਜਿਹੜੀ ਹੈ ਨਾ ਉਹ ਹਰੀ ਦੇ ਪ੍ਰੇਮ ਰਸ ਵਿੱਚ ਜੰਗੀ ਰਹਿੰਦੀ ਹਰ ਸਮੇਂ। ਘਰ ਬਤ ਛੋਡੈ ਬਾਹਰ ਧਾਵੈ, ਜਿਹੜੇ ਹਿਰਦੇ ਰੂਪੀ ਘਰ ਵਿੱਚ ਪਈ ਹੋਈ ਵਾਹਿਗੁਰੂ ਦੇ ਨਾਮ ਰੂਪੀ ਜਾਂ ਬ੍ਰਹਮ ਬ੍ਰਹਮਾਨੰਦ ਰੂਪੀ ਵਸਤੂ ਪਦਾਰਥ ਨੂੰ ਛੱਡ ਕੇ
ਅਤੇ ਬਾਹਰ ਜੰਗਲਾਂ ਦੇ ਵਿੱਚ ਸੰਸਾਰ ਦੇ ਵਿੱਚ ਧਾਵ ਹੈ, ਭਟਕਦੇ ਰਹਿੰਦੇ ਦੌੜਦੇ ਫਿਰਦੇ ਹਨ। ਮਨਮੁਖ ਅੰਧੇ ਸਾਧਨ ਪਾਵੇ, ਉਹ ਮਨਮੁਖ ਨੇ ਅੰਨੇ ਹਨ ਅਗਿਆਨਤਾ ਦੇ ਕਾਰਨ, ਅਤੇ ਅਗਿਆਨੀ ਪੁਰਖ ਪਰਮੇਸ਼ਰ ਦੇ ਨਾਮ ਦਾ ਸਵਾਦ ਆਨੰਦ ਨਹੀਂ ਪਾ ਸਕਦੇ, ਨਹੀਂ ਪਾਉਂਦੇ। ਅਨਰਸ ਰਾਤੀ ਰਸਨਾ ਫੀਕੀ ਬੋਲੇ, ਜਿਹੜੀ ਅਨ ਹੋਰਨਾ ਰਸਾਂ ਸਵਾਦਾਂ 'ਚ ਰੰਗੀ ਹੋਈ ਹੈ ਨਾ, ਸਾਧ ਸੰਗਤ ਰਸਨਾ, ਉਹ ਫਿੱਕੀ ਹੈ। ਅਤੇ ਫਿੱਕੇ ਬੇਰਸੀ ਵਾਲਾ ਹੀ ਬੋਲ ਬੋਲਦੀ ਹੈ, ਵਾਹਿਗੁਰੂ ਦੀ ਸਿਫਤ ਵਾਲਾ ਬੋਲ ਨਹੀਂ ਉਸ ਜ਼ਬਾਨ ਚੋਂ ਨਿਕਲਦਾ। ਹਰ ਰਸ ਮੂਲ ਨਾ ਤਾਹਾ, ਤੇ ਤਾਹਾ ਉਹਨਾਂ ਨੂੰ ਹਰੀ ਪਰਮੇਸ਼ਰ ਦਾ ਮੂਲ ਉੱਕਾ ਹੀ ਜਿਹੜਾ ਹੈ ਨਾ ਨਾਮ ਦਾ ਰਸ ਪ੍ਰਾਪਤ ਨਹੀਂ ਹੁੰਦਾ। ਸਮੇਂ ਦੀ ਸਮਾਪਤੀ ਹੋਈ ਹੈ, ਕਿ ਸਾਧ ਸੰਗਤ ਚਾਰ ਪੌੜੀਆਂ ਰਹਿੰਦੀਆਂ ਨੇ, ਇਹ ਆਪਾਂ ਕੱਲ੍ਹ ਇੱਥੋਂ ਅੱਗੇ ਵਿਚਾਰ ਸਰਵਣ ਕਰ ਲਾਂਗੇ। ਗੁਰੂ ਸਾਹਿਬ ਜੀ ਕਿਰਪਾ ਕਰਨ, ਗੁਰ ਸ਼ਬਦ ਦੀ ਵਿਚਾਰ ਕਰਦਿਆਂ ਹੋਈਆਂ ਅਨੇਕਾਂ ਭੁੱਲਾਂ ਗਲਤੀਆਂ ਦੇ ਖਿਮਾ ਬਖਸ਼ ਦੇਣੀ। ਗੁਰੂ ਮਹਾਰਾਜ ਅਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ। ਅੱਜ ਦਾ ਜਿਹੜਾ ਪਾਵਨ ਦਿਹਾੜਾ ਵੀ ਹੈ, ਸਮੇਂ ਦੀ ਘਾਟ ਕਰਕੇ ਉਹਦੀ ਵਿਚਾਰ ਵੀ ਨਹੀਂ ਹੋ ਸਕੀ। ਬਾਬਾ ਬੰਗੇਲ ਸਿੰਘ ਅਤੇ ਹੋਰ ਗੁਰੂ ਕੇ ਸੂਰਮਿਆਂ ਨੇ 1783 ਦੇ ਵਿੱਚ ਸਾਧ ਸੰਗਤ ਸ਼ਾਹ ਆਲਮ ਦੂਜੇ ਨੂੰ ਆਪਣੇ ਅਧੀਨ ਕਰਕੇ ਦਿੱਲੀ ਤਖ਼ਤ ਦੇ ਉੱਪਰ ਖਾਲਸੇ ਝੰਡੇ ਚਲਾਏ ਸਨ। ਅਤੇ ਫਿਰ ਬਾਬਾ ਬਘੇਲ ਸਿੰਘ ਜੀ ਜੋ ਕਰੋੜਾ ਸਿੰਘ ਸਿੰਘੀਆ ਮਿਸਲ ਦੇ ਮੁਖੀ ਸਨ, ਜਥੇਦਾਰ, ਉਹਨਾਂ ਨੇ ਬੰਗਲਾ ਸਾਹਿਬ ਅਤੇ ਹੋਰ ਦਿੱਲੀ ਦੇ ਜਿਹੜੇ ਗੁਰਦੁਆਰੇ ਹਨ ਉਹਨਾਂ ਨੂੰ ਪ੍ਰਗਟ ਕਰਕੇ ਉਹਨਾਂ ਦੀ ਸੇਵਾ ਕੀਤੀ ਸੀ। ਉਹਨਾਂ ਸੂਰਮਿਆਂ ਦੀ ਵੀ ਅੱਜ ਬਹਾਦਰੀ ਦਾ ਦਿਨ ਹੈ, ਉਹਨਾਂ ਦੇ ਚਰਨਾਂ 'ਤੇ ਵੀ ਨਮਸਕਾਰ ਹੈ। ਮਹਾਰਾਜ ਸਾਹਿਬ ਬਖਸ਼ਣਹਾਰ ਨੇ ਜੋ ਆਪਾਂ ਸ਼ਬਦ ਪੂਰਾ ਨਹੀਂ ਕਰ ਸਕੇ, ਆਪ ਹੀ ਬਖਸ਼ ਲੈਣਾ। ਉਹ ਅਖੀਰਲੀਆਂ ਪੰਕਤੀਆਂ ਜੋ ਆਪਾਂ ਹੁਣ ਪੜ੍ਹੀਆਂ ਨੇ, ਸਰਵਣ ਕਰਕੇ ਫਤਿਹ ਬੁਲਾਈਏ। ਘਰ ਵਥ ਛੋੜੈ ਬਾਹਰ ਧਾਵੈ, ਮਨ ਮੁਖ ਅੰਧੇ ਸਾਧ ਨ ਪਾਵੈ, ਅਨਰਸ ਰਾਤੀ ਰਸਨਾ ਫੀਕੀ ਬੋਲੇ, ਹਰ ਰਸ ਮੂਲ ਨ ਤਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।